ਨੋ ਜੀ ਤਾਂ ਪੋਸਟੂਲੇਟ 1 ਕੀ ਕਹਿੰਦਾ ਜੀ ਦੋ ਪੁਆਇੰਟਾਂ ਨੂੰ ਜੋੜ ਕੇ ਆਪਾਂ ਇੱਕ ਲਾਈਨ ਬਣਾ ਸਕਨੇ ਆ ਪੋਸਟੂਲੇਟ 1 ਕੀ ਕਹਿੰਦਾ ਜੀ ਦੋ ਪੁਆਇੰਟਾਂ ਨੂੰ ਜੋੜ ਕੇ ਆਪਾਂ ਲਾਈਨ ਬਣਾ ਸਕਨੇ ਆ ਅੱਛਾ ਪੇਪਰ ਦੇ ਵਿੱਚ ਫਿਰ ਕੁਐਸਚਨ ਆ ਜਾਏਗਾ ਤੁਹਾਡੇ ਵਾਸਤੇ ਵੀ ਆ ਕੁਐਸਚਨ ਹੈ ਇੱਕ ਪੁਆਇੰਟ ਤੋਂ ਕਿੰਨੀਆਂ ਲਾਈਨਾਂ ਬਨਨਗੀਆਂ ਪਹਿਲਾਂ ਅਨਸਰ ਦੇ ਦਿਓ ਫਿਰ ਆਪਾਂ ਚੱਲਨੇ ਅੱਗੇ ਅੱਜ ਬੜੇ ਆਮ ਨਾਲ ਕਰਾਂਗੇ ਅੱਜ ਕੋਈ ਜਲਦੀ ਹੈ ਨਹੀਂ 1.0 ਤੋਂ ਕਿੰਨੀਆਂ ਲਾਈਨਾਂ ਬਣਨਗੀਆਂ ਅਨੰਤ ਬਹੁਤ ਵਧੀਆ ਜੀ ਆ ਦੇਖੋ ਜੀ ਜਿੰਨੀਆਂ ਮਰਜ਼ੀ ਬਣਾਈ ਚੱਲੋ 1.0 ਤੋਂ ਇਨਫਿਨਾਈਟ ਲਾਈਨਾਂ ਬਣਨਗੀਆਂ ਅਨੰਤ ਜਿਨ੍ਹਾਂ ਨੂੰ ਗਿਣ ਨਹੀਂ ਸਕਦੇ ਤੇ ਦੋ ਪੁਆਇੰਟਾਂ ਤੋਂ ਲਾਈਨਾਂ ਬਣਨਗੀਆਂ ਇੱਕ ਹੁਣ ਤੀਜਾ ਕੁਐਸਚਨ ਹੈ 3 ਪੁਆਇੰਟਾਂ ਤੋਂ ਕਿੰਨੀਆਂ ਲਾਈਨਾਂ ਬਣਨਗੀਆਂ ਅਸੀਂ 2 ਪੁਆਇੰਟਾਂ ਤੋਂ 1 1 ਪੁਆਇੰਟਾਂ ਤੋਂ ਇਨਫਾਈਨਿਟ 3 ਪੁਆਇੰਟਾਂ ਤੋਂ ਕਿੰਨੀਆਂ ਲਾਈਨਾਂ ਬਣਨਗੀਆਂ ਤੁਹਾਡੇ ਵਾਸਤੇ ਕੁਐਸਚਨ ਹੈ ਜੀ 3 ਪੁਆਇੰਟਾਂ ਤੋਂ ਮੈਕਸਿਮਮ ਕਿੰਨੀਆਂ ਲਾਈਨਾਂ ਬਣਨਗੀਆਂ 3 ਪੁਆਇੰਟਾਂ ਤੋਂ ਮੈਕਸਿਮਮ ਕਿੰਨੀਆਂ ਲਾਈਨਾਂ ਬਣਨਗੀਆਂ ਅਗਰ ਕਿਸੇ ਬੱਚੇ ਨੂੰ ਵੀ ਆਂਦਾ ਤਾਂ ਚੈਟ ਬਾਕਸ 'ਚ ਦੱਸ ਸਕਦਾ ਜੀ 3 ਪੁਆਇੰਟਾਂ ਤੋਂ ਮੈਕਸਿਮਮ ਕਿੰਨੀਆਂ ਲਾਈਨਾਂ ਬਣਨਗੀਆਂ 3 ਪੁਆਇੰਟਾਂ ਤੋਂ ਅੱਛਾ ਜਿਨੇ 3 ਪੁਆਇੰਟਾਂ ਵਾਲਾ ਕਰ ਲਿਓ 4 ਪੁਆਇੰਟਾਂ ਤੋਂ ਦੱਸੋ ਫੇ ਕਿਸੇ ਬੱਚੇ ਨੇ ਅਨਸਰ ਨਹੀਂ ਦਿੱਤਾ ਜੀ ਤਾਂ ਮੈਂ ਦੱਸਣ ਲੱਗਿਆ ਜੀ 3 ਪੁਆਇੰਟਾਂ ਤੋਂ ਲਾਈਨਾਂ ਬਣਨਗੀਆਂ ਤਿੰਨ 4 ਪੁਆਇੰਟਾਂ ਤੋਂ ਲਾਈਨਾਂ ਬਣਨਗੀਆਂ 6 ਆ ਦੇਖੋ ਧਿਆਨ ਦੇ ਨਾਲ ਜੀ 3 ਪੁਆਇੰਟਾਂ ਤੋਂ ਟ੍ਰੈਂਗਲ ਹੀ ਬਣ ਸਕਦੀ ਕਿ ਹੋਰ ਕੀ ਬਣ ਸਕਦਾ ਮੈਕਸਿਮਮ ਤਿੰਨ ਲਾਈਨਾਂ ਹੀ ਬਣਨਗੀਆਂ 4 ਪੁਆਇੰਟਾਂ ਤੋਂ ਵੇਖੋ 4 ਤਾਂ ਲਾਈਨ ਹੋ ਗਿਆ ਕੁਆਡਰિલેਟਰਲ ਵਾਲੀਆ ਦੋ ਡਾਇਗਨਲ ਹੋਗੇ 6 ਬਣਨਗੀਆਂ 3 ਪੁਆਇੰਟਾਂ ਤੋਂ ਮੈਕਸਿਮਮ 3 ਲਾਈਨਾਂ 4 ਪੁਆਇੰਟਾਂ ਤੋਂ ਮੈਕਸਿਮਮ 6 ਲਾਈਨਾਂ 3 ਪੁਆਇੰਟਾਂ ਤੋਂ 3 ਲਾਈਨਾਂ 4 ਪੁਆਇੰਟਾਂ ਤੋਂ 6 ਲਾਈਨਾਂ আচ্ছা 5 ਪੁਆਇੰਟਾਂ ਤੋਂ ਦੱਸੋ ਦੱਸੋ 5 ਪੁਆਇੰਟਾਂ ਤੋਂ 5 ਪੁਆਇੰਟਾਂ ਤੋਂ ਕਿੰਨੀਆਂ ਲਾਈਨਾਂ ਬਣਨ ਗਿਆ ਕਿਸੇ ਵੀ ਬੱਚੇ ਨੂੰ ਬਹੁਤ ਵਧੀਆ ਸਿਮਰਨ ਬਹੁਤ ਵਧੀਆ ਸਰ ਸਿਮਰਨ ਨੇ ਦੱਸਤਾ ਜੀ 10 ਲਾਈਨਾਂ ਬਣਨਗੀਆਂ 5 ਪੁਆਇੰਟਾਂ ਤੋਂ ਬਿਲਕੁਲ ਜੀ 10 ਬਣਨਗੀਆਂ ਮੈਂ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਉਹਨਾਂ ਨੂੰ ਇੱਕ ਟ੍ਰਿਕ ਦੱਸਣ ਲੱਗਿਆ ਧਿਆਨ ਨਾਲ ਐਨ ਪੁਆਇੰਟਾਂ ਤੋਂ ਕਿੰਨੀਆਂ ਲਾਈਨਾਂ ਬਣਨਗੀਆਂ ਤੁਸੀਂ ਬਸ ਐਨ ਦੀ ਵੈਲਿਊ ਭਰਿਆ ਜਾਂ ਅੰਸਰ ਆ ਜਾਏਗਾ ਐਨ ਪੁਆਇੰਟਾਂ ਤੋਂ ਆਹ ਨਹੀਂ ਆ ਲਾਈਨਾਂ ਬੰਦਿਆ ਨੇ ਆ ਲਿਖ ਲਓ ਬਸ एन पॉइंट वन पॉइंट टू एन लाइन बन देखो दो एन दो, थे, दो फिर एक, एक लाइन ही बनी सी दो पॉइंटा तो एन तीन भरो एन तीन भरोगे तो तीन आ जान चार भरोगे तेन एन चार भरोगे चार फिर एक घटा के तीन चार तीया बारह बटा दो छे आ गया पांच पॉइंटा तो एन पांच भरोगे फिर एक घटा के चार बटा दो दस आ गया छे तो एन छे भरोगे छे फिर एक घटा के फिर एक घटा के पांच पांच पी बटा दो पंद्रह सत भरोगे एन सत भरो सत 1 ਘਟਾ ਕੇ 6 7 ਚਿਕਾ 42/2 21 ਤੁਨ ਜਿੰਨੇ ਮਰਜੀ ਪੁਆਇੰਟ ਆ ਜਾਣਾ ਫਾਰਮੂਲੇ ਚ ਬਸ ਉਹ ਐਨ ਭਰ ਦੋ ਕੋਸ਼ਣ ਖਤਮ ਹੋ ਜਾਏਗਾ ਜਸਵੀਰ ਜੀ ਕੋਸ਼ਣ ਆ ਸੀ ਵੀ 2 ਪੁਆਇੰਟਾਂ ਤੋਂ ਤਾਂ ਇੱਕ ਲਾਈਨ ਬਣ ਗਈ 3 ਪੁਆਇੰਟਾਂ ਤੋਂ ਮੈਕਸਿਮਮ 3 ਬਣਨ ਗਿਆ 4 ਪੁਆਇੰਟਾਂ ਤੋਂ ਮੈਕਸਿਮਮ 6 ਬਣਨ ਗਿਆ ਇਹਦਾ ਫਾਰਮੂਲਾ ਹੈ ਜੀ ਆ ਵਾਲਾ ਐਨ ਪੁਆਇੰਟਾਂ ਤੋਂ ਮੈਕਸਿਮਮ ਇੰਨੀਆਂ ਲਾਈਨਾਂ ਬਣਨ ਗਿਆ ਐਨ ਫਿਰ ਇੱਕ ਘਟਾ ਕੇ n ਵਿੱਚੋਂ ਮਤਲਬ n 1 2 n ਪੁਆਇੰਟਾਂ ਤੋਂ ਮੈਕਸਿਮਮ ਇੰਨੀਆਂ ਲਾਈਨਾਂ ਬਣਨਗੀਆਂ ਉਹਨੇ ਜਿੰਨੇ ਮਰਜ਼ੀ ਪੁਆਇੰਟ ਦੇ ਦੇਣ ਤੁਸੀਂ ਦੱਸ ਸਕਦੇ ਜੇ ਕਿੰਨੀਆਂ ਲਾਈਨਾਂ ਬਣਨਗੀਆਂ 10 ਪੁਆਇੰਟਾਂ ਤੋਂ 10 ਦੋ ਫਿਰ ਮੈਨੂੰ ਕਿੰਨੀਆਂ ਲਾਈਨਾਂ ਬਣਨਗੀਆਂ ਵੇਟ ਕਰ ਰਿਹਾ ਆਂਸਰ ਦੀ ਟੋਪ ਕਰਨਾ ਹੈ ਅੱਜ ਕੀ ਪੇਪਰ ਦੇ ਵਿੱਚੋਂ 10 ਪੁਆਇੰਟਾਂ ਚੋਂ ਕਿੰਨੀਆਂ ਲਾਈਨਾਂ ਬਣਨਗੇ ਬਹੁਤ ਵਧੀਆ ਸਾਰਿਆਂ ਦਾ ਸਹੀ ਹੈ ਜੀ ਐਨ ਦੀ ਜਗ੍ਹਾ 10 ਭਰੋਗੇ 10 1 ਘਟਾ ਕੇ 9 10 ਗੁਣਾ 9 90 2 45 ਅੰਸਰ ਆ ਗਿਆ ਜੀ ਕੋਈ ਵੀ ਡਾਊਟ ਹੈ ਤਾਂ ਬੋਲੋ ਕੋਈ ਵੀ ਡਾਊਟ ਹੈ ਤਾਂ ਬੋਲੋ ਇਹ ਪੋਸਟੂਲੇਟ 1 ਸੀ ਪੋਸਟੂਲੇਟ 1 ਨੇ ਕੀ ਦੱਸਿਆ ਬਸ ਇਹ ਦੱਸਿਆ ਸੀ ਦੋ ਪੁਆਇੰਟਾਂ ਨੂੰ ਜੋੜ ਦੋ ਤੇ ਇੱਕ ਲਾਈਨ ਬਣ ਜਾਂਦੀ ਹੈ ਇਹ ਪੋਸਟੂਲੇਟ 1 ਹੈ ਦੱਸਿਆ ਸੀ ਦੋ ਪੁਆਇੰਟਾਂ ਨੂੰ ਜੋੜ ਦੋ ਤੇ ਇੱਕ ਲਾਈਨ ਬਣ ਜਾਂਦੀ ਹੈ ਪੋਸਟੂਲੇਟ 2 ਤੇ ਆਜੋ ਮੂਲ ਧਾਰਨਾ ਦੂਜੀ ਕਹਿੰਦੇ ਪਹਿਲੇ ਨੇ ਲਾਈਨ ਬਣਾ ਦਿੱਤੀ ਕਹਿੰਦੇ ਆ ਦੋ ਪੁਆਇੰਟਾਂ ਨੂੰ ਜੋੜਿਆ ਤੇ ਇੱਕ ਲਾਈਨ ਬਣ ਗਈ ਦੂਜਾ ਪੋਸਟੂਲੇਟ ਨੇ ਕੀ ਕੀਤਾ ਕਹਿੰਦਾ ਲਾਈਨ ਨੂੰ ਦੋਵਾਂ ਪਾਸੇ ਜਿੰਨਾ ਮਰਜ਼ੀ ਵਧਾ ਸਕਣੇ ਆ ਆ ਸਹੀ ਗੱਲ ਹੈ ਜਿੰਨਾ ਮਰਜ਼ੀ ਵਧਾਈ ਜਾਓ ਆ A ਤੇ B ਦੋ ਪੁਆਇੰਟਾਂ ਨੂੰ ਜੋੜਨ ਤੇ ਇੱਕ ਲਾਈਨ ਸੈਗਮੈਂਟ ਬਣਨਗੇ ਤਾਂ ਕਹਿੰਦਾ ਉਹਨੂੰ ਦੋਵਾਂ ਪਾਸੇ ਜਿੰਨਾ ਮਰਜ਼ੀ ਵਧਾ ਸਕਦੇ ਆ ਬਿਲਕੁਲ ਸਹੀ ਹੈ ਜੀ ਇਹਦੇ ਤੇ ਕੋਈ ਕੁਸਚਨ ਆ ਹੀ ਨਹੀਂ ਸਕਦਾ ਬਸ ਇਹਨੇ ਗੱਲ ਹੀ ਇੰਨੀ ਕੋ ਕੀਤੀ ਕਹਿੰਦੇ ਦੋ ਪੁਆਇੰਟਾਂ ਨੂੰ ਨਾ ਜੋੜਨ ਤੇ ਇੱਕ ਲਾਈਨ ਬਣਾਤੀ ਪਹਿਲੇ ਨੇ ਦੂਜੇ ਵਿੱਚ ਉਹਨੇ ਕੋਈ ਨਵੀਂ ਗੱਲ ਨਹੀਂ ਕੀਤੀ ਦੂਜੇ ਵਿੱਚ ਉਹਨੇ ਕੋਈ ਨਵੀਂ ਗੱਲ ਨਹੀਂ ਕੀਤੀ ਦੂਜੇ ਵਿੱਚ ਕਹਿੰਦਾ ਜਿਹੜੀ ਲਾਈਨ ਬਣੀ ਹੈ ਨਾ بس ਉਹਨੂੰ ਆਪਾਂ ਦੋਵਾਂ ਪਾਸੋਂ ਬਤਾ ਸਕਨੇ ਆ ਹੋਰ ਇਹਨੇ ਕੋਈ ਗੱਲ ਹੀ ਨਹੀਂ ਕੀਤੀ ਕਿਸੇ ਨੂੰ ਵੀ ਦੂਜੇ ਵਿੱਚ ਕੋਈ ਡਾਊਟ ਹੈ ਤਾਂ ਪੁੱਛ ਲਓ ਦੂਜੇ ਵਿੱਚ ਕੋਈ ਦੱਸਣ ਵਾਲੀ ਜ਼ਿਆਦਾ ਗੱਲ ਹੈ ਹੀ ਨਹੀਂ ਕੋਈ ਵੀ ਕਿਸੇ ਨੂੰ ਡਾਊਟ ਹੈ ਤਾਂ ਪੁੱਛ ਲਓ ਪਹਿਲੇ ਨੇ ਨਹੀਂ ਨਹੀਂ ਬਣਾਈ ਦੂਜਾ ਕਹਿੰਦਾ ਵੀ ਦੋਵਾਂ ਪਾਸੋਂ ਬਤਾ दो ਬਤਾ ਦਿੱਤੀ بس ਇਹਨਾਂ ਕੋ ਕੰਮ ਹੈ ਹੋਰ ਕੁਝ ਵੀ ਨਹੀਂ ਦੂਜੇ ਚ ਦੂਜੇ ਚ ਇੰਨੀ ਕੋ ਕਹਾਣੀ ਨਹੀਂ ਤੀਜੇ ਤੇ ਆਜੋ ਤੀਜੇ ਤੇ ਆਜੋ ਮੂਲ ਧਾਰਨਾ ਤੀਜੀ ਪੋਸਟੂਲੇਟ 3 ਕਹਿੰਦਾ ਇੱਕ ਸਰਕਲ ਬਣਾਉਣ ਵਾਸਤੇ ਨਾ ਕਹਿੰਦਾ ਇੱਕ ਸਰਕਲ ਬਣਾਉਣ ਵਾਸਤੇ ਨਾ ਇੱਕ ਸੈਂਟਰ ਚਾਹੀਦਾ ਤੇ ਇੱਕ ਉਹਦਾ ਰੇਡੀਅਸ ਚਾਹੀਦਾ ਕਹਿੰਦਾ ਅਗਰ ਤੁਹਾਡੇ ਕੋਲ ਸੈਂਟਰ ਤੇ ਰੇਡੀਅਸ ਹੈਗਾ ਨਾ ਤੋ ਇਸ ਸਰਕਲ ਬਣਾ ਲੋਗੇ ਪੱਕੀ ਗੱਲ ਹੈ ਕਹਿੰਦਾ ਅਗਰ ਤੁਹਾਡੇ ਕੋਲ ਸੈਂਟਰ ਤੇ ਰੇਡੀਅਸ ਹੈਗਾ ਨਾ ਅਗਰ ਤੁਹਾਡੇ ਕੋਲ ਸੈਂਟਰ ਤੇ ਰੇਡੀਅਸ ਹੈਗਾ ਤੁਸੀਂ ਕੀ ਬਣਾ ਲੋਗੇ ਸਰਕਲ ਬਣ ਜਾਏਗਾ ਆ ਕਿਹੜਾ ਪੋਸਟੂਲੇਟ ਹੈ ਇਹ ਕਿਹੜਾ ਪੋਸਟੂਲੇਟ ਹੈ ਮੂਲ ਧਾਰਨਾ ਕਿਹੜੀ ਹੈ ਤੀਜੀ ਕਹਿੰਦੇ ਤੁਹਾਡੇ ਕੋਲ ਅਗਰ ਸੈਂਟਰ ਹੋਵੇ ਇੱਕ ਰੇਡੀਅਸ ਹੋਵੇ ਤਾਂ ਕਹਿੰਦੇ ਸਰਕਲ ਬਣ ਜਾਂਦਾ ਤਾਂ ਸੈਂਟਰ ਨੂੰ ਕੀ ਕਹਿੰਦੇ ਪੰਜਾਬੀ ਦੇ ਵਿੱਚ ਸੈਂਟਰ ਨੂੰ ਕੀ ਕਹਿੰਦਾ ਕੇਂਦਰ ਕਹਿੰਦੇ ਜੇ ਤੁਹਾਡੇ ਕੋਲ ਕੇਂਦਰ ਹੋਏ ਤੇ ਰੇਡੀਅਸ ਨੂੰ ਕੀ ਕਹਿੰਦਾ ਪੰਜਾਬੀ ਦੇ ਵਿੱਚ ਅਰਧ ਵਿਆਸ ਕਹਿੰਦੇ ਸਰਕਲ ਬਣਾਉਣ ਵਾਸਤੇ ਇੱਕ ਕੇਂਦਰ ਚਾਹੀਦਾ ਤੇ ਇੱਕ ਰੇਡੀਅਸ ਚਾਹੀਦਾ ਬਸ ਤਾਂ ਸਰਕਲ ਬਣਾਉਣ ਵਾਸਤੇ ਇੱਕ ਸੈਂਟਰ ਚਾਹੀਦਾ ਤੇ ਇੱਕ ਰੇਡੀਅਸ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਇਸ ਤੋਂ ਬਾਅਦ ਹੋਰ بڑے ਮੈਥ ਵਾਲੇ ਕਰਨ ਨਾ ਲਿਆਏ ਵੱਡੇ ਵੱਡੇ ਮੈਥਮੈਟਿਸ਼ੀਅਨ ਆਏ ਉਹਨਾਂ ਨੇ ਤੀਜੇ ਪੋਸਟੂਲੇਟ ਤੇ ਕੰਮ ਕੀਤਾ ਤੇ ਕੰਮ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਨਵੀਂ ਚੀਜ਼ ਬਣਾ ਦਿੱਤੀ ਕਹਿੰਦੇ ਸਰਕਲ ਬਣਾਉਣ ਵਾਸਤੇ ਨਾਲ ਤੁਹਾਨੂੰ ਤਿੰਨ ਪੁਆਇੰਟ ਚਾਹੀਦੇ ਨੇ ਕਹਿੰਦੇ ਸਰਕਲ ਬਣਾਉਣ ਵਾਸਤੇ ਤਿੰਨ ਪੁਆਇੰਟ ਜਿਵੇਂ ਟ੍ਰਾਇੰਗਲ ਬਣਾਉਣ ਵਾਸਤੇ ਤਿੰਨ ਪੁਆਇੰਟ ਚਾਹੀਦੇ ਨੇ ਨਾ ਸਰਕਲ ਬਣਾਉਣ ਵਾਸਤੇ ਵੀ ਤਿੰਨ ਪੁਆਇੰਟ ਚਾਹੀਦੇ ਨੇ ਨੋਨ ਕੋਲੀਨੀਅਰ ਮਤਲਬ ਉਹ ਇੱਕੋ ਲਾਈਨ ਤੇ ਨਾ ਲਾਈ ਕਰਦੇ ਹੋਣ ਜੇ ਵੇਖੋ ਇੱਕੋ ਲਾਈਨ ਤੇ ਲਾਈ ਕਰ ਗਏ ਉਹਨਾਂ ਨੂੰ ਜੋੜੋਗੇ ਤਾਂ ਲਾਈਨ ਬਣ ਜਾਏਗੀ ਐਵੇਂ ਹੋਣੇ ਚਾਹੀਦੇ ਨੇ ਵੱਖਰੇ ਵੱਖਰੇ ਪਏ ਹੋਵਣ ਇੱਕੋ ਲਾਈਨ ਤੇ ਨਾ ਲਾਈ ਕਰਦੇ ਹੋਣ ਫਿਰ ਸਰਕਲ ਬਣ ਜਾਏਗਾ ਤਿੰਨ ਪੁਆਇੰਟਾਂ ਤੋਂ ਪੇਪਰ ਦੇ ਵਿੱਚ ਸਿੱਧਾ ਕੁਐਸਚਨ ਆ ਨਾ ਜੇ ਸਰਕਲ ਬਣਾਉਣ ਵਾਸਤੇ ਕੀ ਕੀ ਚਾਹੀਦਾ ਹੈ ਤਿੰਨ ਪੁਆਇੰਟ ਚਾਹੀਦੇ ਨੇ ਨੋਨ ਕੋਲੀਨੀਅਰ ਇਹ ਯੂਕਲਿਡ ਨੇ ਨਹੀਂ ਦੱਸਿਆ ਸੀ ਇਹ ਯੂਕਲਿਡ ਦੀਆਂ ਸਟੋਰੀਆਂ ਪੜ੍ਹ ਕੇ ਜੋ ਉਹਨੇ ਲਿਖਿਆ ਉਹ ਪੜ੍ਹ ਕੇ ਉਹਦੇ ਤੋਂ ਬਾਅਦ ਹੋਰ ਮੈਥੇਮੈਟਿਸ਼ੀਅਨਾਂ ਕਿਸੇ ਇੱਕ ਨੇ ਕੰਮ ਨਹੀਂ ਕੀਤਾ ਬੜਿਆਂ ਨੇ ਕੰਮ ਕੀਤਾ ਉਹਨਾਂ ਨੇ ਆਹ ਕਨਕਲੂਜਨ ਦਿੱਤਾ ਸੀ ਕਹਿੰਦੇ ਆਹ ਤਾਂ ਗੱਲ ਠੀਕ ਏ ਸਰਕਲ ਬਣਾਉਣ ਵਾਸਤੇ ਸੈਂਟਰ ਤੇ ਰੇਡੀਅਸ ਹੋਵੇ ਤਾਂ ਬੜੀ ਵਧੀਆ ਗੱਲ ਏ ਸਰਕਲ ਬਣ ਜਾਏਗਾ ਪਰ ਉਹਦੇ ਤੋਂ ਇਲਾਵਾ ਕਹਿੰਦੇ ਇੱਕ ਕੰਡੀਸ਼ਨ ਹੋਰ ਵੀ ਹੋ ਸਕਦੀ ਏ ਜੇ ਤੁਹਾਡੇ ਕੋਲ ਤਿੰਨ ਪੁਆਇੰਟ ਹੈਗੇ ਨਾ ਨੋਨ ਕੋਲੀਨियर ਤਾਂ ਵੀ ਤੁਸੀਂ ਸਰਕਲ ਬਣਾ ਸਕਦੇ ਜਿਆ ਲਿਖ ਲਓ ਜੀ ਪੇਪਰ ਦੇ ਵਿੱਚ ਸਿੱਧਾ ਕੁਸਚਨ ਆ ਜਾਣਾ ਹੈ ਸਰਕਲ ਬਣਾਉਣ ਵਾਸਤੇ ਕਿੰਨੇ ਪੁਆਇੰਟ ਚਾਹੀਦੇ ਨੇ ਤਾਂ ਤਿੰਨ ਪੁਆਇੰਟ ਚਾਹੀਦੇ ਨੇ ਨੋਨ ਕੋਲੀਨियर ਕਿਸੇ ਵੀ ਬੱਚੇ ਨੂੰ ਤੀਜੇ ਪੋਸਟੂਲੇਟ ਦੇ ਵਿੱਚ ਕੋਈ ਡਾਊਟ ਹੈ ਤਾਂ ਪੁੱਛ ਲਓ ਕਿਸੇ ਵੀ ਬੱਚੇ ਨੂੰ ਕੋਈ ਡਾਊਟ ਹੈ ਤਾਂ ਪੁੱਛ ਲੋ ਵੇਟ ਕਰ ਰਿਹਾ ਮੈਂ ਤੀਜੇ ਪੋਸਟਲੇਟ ਨੇ ਕੀ ਕਿਹਾ ਕਹਿੰਦੇ ਤੁਹਾਡੇ ਕੋਲ ਅਗਰ ਸੈਂਟਰ ਹੈਗਾ ਤੇ ਰੇਡੀਅਸ ਹੈਗਾ ਤਾਂ ਸਰਕਲ ਬਣ ਜਾਏਗਾ ਤੀਜਾ ਪੋਸਟਲੇਟ ਇੱਥੇ ਖਤਮ ਹੋ ਗਿਆ ਜੀ ਉਸ ਤੋਂ ਬਾਅਦ ਤੀਜੇ ਪੋਸਟਲੇਟ ਤੋਂ ਬਾਅਦ ਇੰਨੀ ਗੱਲ ਪੜਨ ਤੋਂ ਬਾਅਦ ਹੋਰ بڑے ਮੈਥ ਵਾਲਿਆਂ ਨੇ ਕੰਮ ਕੀਤਾ ਉਹਨਾਂ ਨੇ ਇੱਕ ਨਵੀਂ ਚੀਜ਼ ਆਪਾਂ ਨੂੰ ਦੇ ਦਿੱਤੀ ਕਹਿੰਦੇ ਆ ਤਾਂ ਠੀਕ ਹੀ ਯੂਕਲਿਡ ਦੀ ਗੱਲ ਕਹਿੰਦੇ ਇੱਕ ਗੱਲ ਹੋਰ ਅਸੀਂ ਵੀ ਕਹਿਣਾ ਚਾਹੁੰਦੇ ਆ ਉਹ ਕੀ ਏ ਕਹਿੰਦੇ ਸਰਕਲ ਬਣਾਉਣ ਵਾਸਤੇ ਨਾ ਜੇ ਤੁਹਾਡੇ ਕੋਲ ਤਿੰਨ ਪੁਆਇੰਟ ਵੀ ਹੈਗੇ ਨੇ ਨਾ ਨੋਨ ਕੋਲੀਨੀਅਰ ਤਾਂ ਵੀ ਸਰਕਲ ਬਣ ਜਾਏਗਾ ਤੁਹਾਡੇ ਕੋਲੋ ਬੋਲੋ ਜੀ ਕੋਈ ਡਾਊਟ ਹੈ ਤਾਂ ਬਿਲਕੁਲ ਜੀ ਮਿਨੀਮਮ ਤਿੰਨ ਪੁਆਇੰਟ ਮਿਨੀਮਮ ਤਿੰਨ ਪੁਆਇੰਟ ਬਿਲਕੁਲ ਜੀ ਮਿਨੀਮਮ ਤਿੰਨ ਪੁਆਇੰਟ ਚਾਹੀਦੇ ਨੇ ਤੇ ਨਾਲ ਇੱਕ ਕੰਡੀਸ਼ਨ ਹੋਰ ਲਾ ਲਓ ਇਹ ਨਾ ਵੇ ਵੀ ਉਹ ਤਿੰਨੇ ਪੁਆਇੰਟ ਇੱਕ ਲਾਈਨ 'ਚ ਦਿੱਤੇ ਹੋਣ ਫਿਰ ਸਰਕਲ ਸਰਕਲ ਨਹੀਂ ਬਣਨਾ 3 ਪੁਆਇੰਟ ਆਨ ਨੋਨ ਕੋਲੀਨੀਅਰ ਇੱਕ ਲਾਈਨ ਦੇ ਵਿੱਚ ਨਾ ਹੋਣ ਜਿਵੇਂ ਆ ਇੱਕ ਲਾਈਨ ਦੇ ਵਿੱਚ ਨਹੀਂ ਹੈਗੇ ਫਿਰ ਸਰਕਲ ਬਣਨਾ 3 ਪੁਆਇੰਟ ਚਾਹੀਦੇ ਨੇ ਨੋਨ ਕੋਲੀਨੀਅਰ ਵੀ ਚਾਹੀਦੇ ਨੇ ਨੋਨ ਕੋਲੀਨੀਅਰ ਦਾ ਮਤਲਬ ਇੱਕੋ ਲਾਈਨ ਤੇ ਨਾ ਹੋਣ ਕਿਸੇ ਵੀ ਬੱਚੇ ਨੂੰ ਕੋਈ ਡਾਊਟ ਹੈ ਤਾਂ ਪੁੱਛ ਲੋ ਕੋਈ ਵੀ ਪੁੱਛਣਾ ਚਾਹੁੰਦਾ ਹੈ ਕੋਈ ਡਾਊਟ ਹੈ ਤਾਂ ਪੁੱਛ ਲਓ ਅਜੇ ਤਾਂ ਟਾਈਮ ਹੈ ਤੁਹਾਡੇ ਕੋਲ ਪਹਿਲੇ ਤਿੰਨ ਪੋਸਟੂਲੇਟੇ ਕੁਝ ਵੀ ਪੁੱਛਣਾ ਹੈ ਪੁੱਛ ਲਓ ਪਹਿਲੇ ਨੇ ਦੋ ਪੁਆਇੰਟਾਂ ਤੋਂ ਲਾਈਨ ਬਣਾਤੀ ਦੂਜੇ ਨੇ ਉਹਨੂੰ ਦੋਵਾਂ ਪਾਸੋਂ ਵਧਾ ਦਿੱਤਾ ਤੀਜਾ ਕਹਿੰਦਾ ਲਾਈਨ ਦੀ ਕਹਾਣੀ ਖਤਮ ਹੋਗੀ ਉਹਨ 골 ਚੱਕਰ ਵਾਲ ਵਧਨੇ ਤੋਨੇ ਸਰਕਲ ਬਣਾ ਦਿੱਤਾ ਚਲਾ ਜੋ ਫਿਰ ਅਗਲੇ ਤੇ ਚੌਥੇ ਤੇ ਆਜੋ ਪੋਸਟੂਲੇਟ ਨੰਬਰ 4 ਇਹਨੇ ਵੀ ਕੋਈ ਜਿਆਦਾ ਗੱਲ ਨਹੀਂ ਕੀਤੀ ਇਹਨੇ ਨਾ ਕੋਈ ਜਿਆਦਾ ਗੱਲ ਨਹੀਂ ਕੀਤੀ ਇੱਕ ਨਾ ਮੈਂ ਛੋਟੀ ਟ੍ਰਾਇੰਗਲ ਲਈ ਆ ਰਾਈਟ ਐਂਗਲ ਹੈ ਮਤਲਬ ਜਿੰਦੇ ਵਿੱਚ ਆ ਵਾਲਾ ਐਂਗਲ 90 ਡਿਗਰੀ ਹੈ 90 ਡਿਗਰੀ ਰਾਈਟ ਐਂਗਲ ਮਤਲਬ ਸਮਕੋਣ ਪੰਜਾਬੀ ਚ ਗੱਲ ਕਰੀਏ ਤਾਂ ਇੱਕ ਵੱਡੀ ਰਾਈਟ ਐਂਗਲ ਲੈ ਲਈ ਉਹਦੇ ਵਿੱਚ ਵੀ ਆ ਵਾਲਾ ਕਿੰਨਾ ਛੋਟੀ ਲੈ ਲਓ ਰਾਈਟ ਐਂਗਲ 90 ਵੱਡੀ ਲੈ ਲਓ ਰਾਈਟ ਐਂਗਲ 90 ਐਂਗਲ ਤਾਂ 90 ਹੀ ਰਹਿਣੇ ਛੋਟੇ ਵੱਡੇ ਨਾਲ ਕੋਈ ਫਰਕ ਤਾਂ ਨਹੀਂ ਪੈਣਾ ट्रायंगल ਛੋਟੀ ਹੋਵੇ ਵੱਡੀ ਹੋਵੇ 90 ਤਾਂ 90 ਹੀ ਰਹਿਣੇ ਆ ਵੀ 90 ਡਿਗਰੀ ਆ ਵੀ 90 ਡਿਗਰੀ ਐਂਗਲ ਨੂੰ ਥੋੜੀ ਕੋਈ ਫਰਕ ਪੈਣਾ ਛੋਟੀ ਵੱਡੀ ट्रायंगल ਨਾਲ ਤਾਂ ਚੌਥੇ ਨੇ ਆ ਗਿਆ ਸੀ ਬਸ ਇੰਨੀ ਕੋਈ ਗੱਲ ਕਹੀ ਸੀ ਕਹਿੰਦਾ 90 ਤਾਂ 90 ਹੀ ਰਹਿਣੇ ਛੋਟੀ ਲੈ ਲਓ ਵੱਡੀ ਲੈ ਲਓ ਕੋਈ ਫਰਕ ਨਹੀਂ ਪੈਣਾ ਇਹਨੇ ਕੀ ਕਿਹਾ 올 ਰਾਈਟ ਐਂਗਲ ਸਰ ਇਕੁਅਲ ਸਾਰੇ ਸਮਕੋਣ ਇੱਕ ਦੂਜੇ ਦੇ ਬਰਾਬਰ ਹੁੰਦੇ ਨੇ ਆਲ ਰਾਈਟ ਐਂਗਲ ਸਰ ਇਕੁਅਲ ਕਹਿੰਦੇ ਛੋਟੀ ਟ੍ਰਾਇੰਗਲ ਦਾ 90 ਡਿਗਰੀ ਤੇ ਵੱਡੀ ਟ੍ਰਾਇੰਗਲ ਦਾ 90 ਡਿਗਰੀ ਕੋਈ ਫਰਕ ਹੀ ਹੈ ਨਹੀਂ ਉਹ 90 ਦਾ 90 ਹੀ ਰਹਿਣਾ ਹੈ ਐਵੇਂ ਗੱਲਾਂ ਹੀ ਲਿਖੀਆਂ ਹੋਈਆਂ ਨੇ ਜੋ ਮਰਜੀ ਲੈ ਲਓ 90 ਨੇ 90 ਹੀ ਰਹਿਣਾ ਛੋਟੇ ਟ੍ਰਾਇੰਗਲ ਲੈ ਲਓ ਵੱਡੇ ਟ੍ਰਾਇੰਗਲ ਲੈ ਲਓ 90 ਨੇ 90 ਹੀ ਰਹਿਣਾ ਹੈ ਆਲ ਰਾਈਟ ਐਂਗਲ ਸਰ ਇਕੁਅਲ ਸਾਰੇ ਸਮਕੋਣ ਇੱਕ ਦੂਜੇ ਦੇ ਬਰਾਬਰ ਇਹ ਚੌਥਾ ਪੋਸਟੂਲੇਟ ਹੈ ਪਹਿਲੇ ਨੇ ਕੀ ਕੀਤਾ ਦੋ ਪੁਆਇੰਟਾਂ ਨੂੰ ਜੋੜ ਕੇ ਲਾਈਨ ਬਣਾਤੀ ਦੂਜੇ ਨੇ ਦੋਵਾਂ ਪਾਸੋਂ ਵਧਾ ਦਿੱਤਾ ਤੀਜਾ ਕਹਿੰਦਾ ਲਾਈਨ ਦੇ ਕਹਾਂ ਨਹੀਂ ਖਤਮ ਹੁੰਨ ਗੋਲ ਚੱਕਰ ਸਰਕਲ ਤੇ ਆਜੋ ਉਹਨਦੇ ਉਹਨੇ ਕੀ ਕੀਤਾ ਸੈਂਟਰ ਤੇ ਰੇਡੀਅਸ ਹੋਵੇ ਤਾਂ ਸਰਕਲ ਬਣ ਜਾਣਾ ਫਿਰ ਉਸ ਤੋਂ ਬਾਅਦ ਉਹਨਦੇ ਤੇ ਕਿਸੇ ਹੋਰ ਨੇ ਵੀ ਕੰਮ ਕੀਤਾ ਫਿਰ ਤੀਜੇ ਤੇ ਉਹ ਉਹ ਕਹਿੰਦੇ ਯੂਕਲਿਡ ਦੀ ਇੰਨੀ ਗੱਲ ਤਾਂ ਠੀਕ ਏ ਸੈਂਟਰ ਤੇ ਰੇਡੀਅਸ ਤੋਂ ਸਰਕਲ ਬਣ ਗਿਆ ਨਾਲ ਕਹਿੰਦੇ ਆ ਵੀ ਕੰਡੀਸ਼ਨ ਹੋ ਸਕਦੀ ਏ ਬਿੱਥੇ ਨ ਪੁਆਇੰਟ 1 ਕਿਹੜੇ ਹੋਣ ਨੋਨ ਕੋਲੀਨੀਅਰ ਫਿਰ ਵੀ ਸਰਕਲ ਬਣ ਜਾਏਗਾ ਸਰਕਲ ਦੀ ਕਹਾਣੀ ਖਤਮ ਚੌਥੇ ਤੇ ਆ ਗਿਆ ਟ੍ਰਾਇੰਗਲ ਤੇ ਟ੍ਰਾਇੰਗਲ ਕਹਿੰਦਾ ਰਾਈਟ ਐਂਗਲ ਜਿਹੜੀ ਮਰਜ਼ੀ ਹੋਵੇ 90 ਨੇ 90 ਹੀ ਰਹਿਣੇ 올 ਰਾਈਟ ਐਂਗਲ ਸਾਰੇ ਇਕੁਅਲ ਪਹਿਲੇ ਦੋ ਲਾਈਨ ਤੇ ਤੀਜਾ ਸਰਕਲ ਤੇ ਚੌਥਾ ਟ੍ਰਾਇੰਗਲ ਤੇ ਤਾਂ ਪੰਜਵਾਂ ਕਿਸੇ ਨਾਲ ਵੀ ਇਹਨਾਂ ਦੇ ਨਾਲ ਲਿੰਕ ਹੈ ਨਹੀਂ ਪੰਜਵਾਂ ਸਮਝ ਆ ਜਾਏ ਧਿਆਨ ਦੇਣਾ ਪੰਜਵਾਂ ਸਮਝਿਆ ਜੇ ਧਿਆਨ ਦੇ ਨਾਲ ਕਿਸੇ ਨਾਲ ਵੀ ਉਹਦਾ ਕੋਈ ਲਿੰਕ ਹੈ ਨਹੀਂ ਪਹਿਲੇ ਚਾਰ ਦੇ ਨਾਲ ਪਤਾ ਨਹੀਂ ਉਹਨੇ ਕਿਵੇਂ ਵੇਚੇ ਉਹ ਬਾਦੀ ਤਾਂ ਪੰਜਵਾਂ ਪੰਜਵੇਂ ਚ ਕੀ ਕਹਿੰਦਾ ਹੋ ਕਹਿੰਦਾ ਇਹ ਦੋ ਲਾਈਨਾਂ ਨੇ ਪੰਜਵੇਂ ਚ ਕਹਿੰਦਾ ਐਵੇਂ ਦੀਆਂ ਨਾ ਦੋ ਲਾਈਨਾਂ ਨੇ ਐਵੇਂ ਦੀਆਂ ਦੋ ਲਾਈਨਾਂ ਨੇ ਤੇ ਕੇੰਦਰ ਇੱਕ ਲਾਈਨ ਹੈ ਜਿਹੜੇ ਇਹਨਾਂ ਨੂੰ ਕੱਟ ਕਰਦੀ ਪਈਏ ਧਿਆਨ ਨਾਲ ਸਮਝਾ ਲਿਆ ਆ ਦੋ ਲਾਈਨਾਂ ਨੇ ਇੱਕ ਆ ਲਾਈਨ ਹੈ ਜਿਹੜੀ ਆ ਦੋਹਾਂ ਲਾਈਨਾਂ ਨੂੰ ਕੱਟ ਕਰਦੀ ਪਈਏ ਹੁਣ ਆ ਵਾਲੀ ਲਾਈਨ ਨੇ ਆ ਦੋ ਲਾਈਨਾਂ ਨਾਲ ਚਾਰ ਐਂਗਲ ਬਣਾਏ ਦੋ ਵੇਖੋ ਆ ਵਾਲੇ ਪਾਸੋਂ ਬਣਾਏ ਦੋ ਆ ਵਾਲੇ ਪਾਸੋਂ ਬਣਾਏ ਚਾਰ ਐਂਗਲ ਹੋ ਗਏ ਚਾਰ ਐਂਗਲ ਹੋ ਗਏ ਵੇਖੋ ਦੋ ਬਣਾਏ ਨੇ ਆਹ ਵਾਲੇ ਪਾਸੋਂ ਤੇ ਦੋ ਬਣਾਏ ਆਹ ਵਾਲੇ ਪਾਸੋਂ ਉਹਨਾਂ ਕੋਸ਼ਟਾ ਨਾਏ ਕੋਸ਼ਣਾਏ ਜਿਹੜੋਂ ਨੇ ਪੋਸਟਲੇਟ ਦਿੱਤਾ ਉਹ ਕੀ ਚੀਜ਼ ਏ ਕਹਿੰਦੇ ਆ ਜਿਹੜੀਆਂ ਦੋ ਲਾਈਨਾਂ ਨੇ ਤੀਜੀ ਲਾਈਨ ਨੂੰ ਕੱਟ ਕਰਦੀ ਏ ਉਹਨੇ ਚਾਰ ਐਂਗਲ ਬਣਾਏ ਦੋ ਇੱਕ ਪਾਸੇ ਬਣਾਏ ਦੋ ਇੱਕ ਪਾਸੇ ਬਣਾਏ ਪੰਜਵਾਂ ਪੋਸਟਲੇਟ ਕੀ ਕਹਿੰਦਾ ਕਹਿੰਦਾ ਇਹ ਦੋ ਲਾਈਨਾਂ ਨਾ ਉਹ ਵਾਲੇ ਪਾਸੋਂ ਜਾ ਕੇ ਮਿਲਣਗੀਆਂ ਇਹ ਦੋ ਲਾਈਨਾਂ ਨਾ ਉਹ ਵਾਲੀ ਸਾਈਡ ਤੋਂ ਜਾ ਕੇ ਮਿਲਨ ਗਿਆ ਜਿੱਧਰ ਦੋ ਐਂਗਲਾਂ ਦਾ ਜੋੜ 180 ਤੋਂ ਘੱਟ ਹੋਏਗਾ ਦੁਬਾਰਾ ਤੋਂ ਸੁਣੋ ਆ ਦੋ ਲਾਈਨਾਂ ਨੂੰ ਵਧਾਓ ਆ ਵਧਾ ਦੇ ਜੋ ਦੋਵਾਂ ਪਾਸੋਂ ਵਧਾ ਦੇ ਜੋ ਆ ਦੋ ਲਾਈਨਾਂ ਨੂੰ ਦੋਵਾਂ ਪਾਸੋਂ ਵਧਾ ਦੇ ਜੋ ਆ ਲੋ ਦੋਵਾਂ ਪਾਸੋਂ ਵਧਾ ਦੇ ਜੋ ਪੁੱਨ ਕਹਿੰਦੇ ਇਆ ਤਾਂ ਆ ਵਾਲੇ ਪਾਸੇ ਮਿਲਣ ਗਿਆ ਦੋ ਲਾਈਨਾਂ ਜਾਂ ਆ ਵਾਲੇ ਪਾਸੇ ਮਿਲਣ ਗਿਆ ਪੰਜਵਾਂ ਪੋਸਟਲੇਟ ਕੀ ਕਹਿੰਦਾ ਕਹਿੰਦਾ ਦੋਵੇਂ ਐਂਗਲ ਦਾ ਜੋੜ ਜਿਹੜੇ ਪਾਸੋਂ 180 ਤੋਂ ਛੋਟਾ ਹੈ ਉਹਧਰੋਂ ਮਿਲਣ ਗਿਆ ਜੇ ਮੰਨ ਲਓ ਇਹਨਾਂ ਦਾ ਜੋੜ 180 ਤੋਂ ਛੋਟਾ ਹੋਇਆ ਤਾਂ ਇਧਰੋਂ ਮਿਲ ਜਾਣ ਗਿਆ ਜੇ ਇਹਨਾਂ ਦਾ ਜੋੜ 180 ਤੋਂ ਛੋਟਾ ਹੋਇਆ ਤਾਂ ਇਧਰੋਂ ਮਿਲ ਜਾਣਗੇ ਬੋਲੋ ভাই ਸਮਝ ਸਾਈ ਸਮਝ ਕਿ ਨਹੀਂ ਆਈ ਜਿਹੜੇ ਪਾਸੋਂ ਦੋ ਐਂਗਲਾਂ ਦਾ ਜੋੜ 180 ਤੋਂ ਛੋਟਾ ਹੋਏਗਾ ਨਾ ਉਦਰਾ ਦੋ ਲਾਈਨਾਂ ਮਿਲਣਗੀਆਂ ਇੰਨੀ ਕੁ ਗੱਲ ਕੀਤੀ ਸੀ ਪੰਜਵੇਂ ਪੋਸਟੂਲੇਟ ਨੇ ਬੜਾ ਇੰਪੋਰਟੈਂਟ ਹੈ ਪੰਜਵਾਂ ਕੋਰਨ ਵੀ ਕਿਉਂਦਾ ਪਹਿਲੇ ਚਾਰਾਂ ਨਾਲ ਕੋਈ ਲਿੰਕ ਐ ਨਹੀਂ ਤਾਂ ਸਭ ਤੋਂ ਜ਼ਿਆਦਾ ਕੰਮ ਪੰਜਵੇਂ ਪੋਸਟੂਲੇਟ ਦੇ ਕੀਤਾ ਹੈ ਬਾਕੀ ਮੈਥ ਵਾਲਿਆਂ ਨੇ ਵੀ ਤਾਂਪੈ ਨੂੰ ਧਿਆਨ ਨਾਲ ਸਮਝਾਂਗੇ ਪੰਜਵੇਂ ਪੋਸਟੂਲੇਟ ਨੂੰ ਅਗਰ ਨਹੀਂ ਸਮਝ ਆਇਆ ਤਾਂ ਦਲਦੋ ਮੈਂ ਇੱਕ ਵਾਰੀ ਹੋਰ ਦੱਸ ਦਾਂਗਾ ਅਗਰ ਨਹੀਂ ਸਮਝ ਆਇਆ ਤਾਂ ਪੁੱਛ ਲਓ ਮੈਂ ਇੱਕ ਵਾਰੀ ਹੋਰ ਦੱਸ ਦਾਂਗਾ ਬਸ ਦੋ ਲਾਈਨਾਂ ਕਿਹੜੇ ਪਾਸੋਂ ਮਿਲਣਗੀਆਂ ਜਿਹੜੇ ਪਾਸੋਂ ਆ ਦੋ ਐਂਗਲਾਂ ਦਾ ਜੋੜ 180 ਤੋਂ ਛੋਟਾ ਹੋਏਗਾ ਤਾਂ 180 ਨੂੰ ਆਪੇ ਵੀ ਕਹਿ ਸਕਦੇ ਆ 2 ਰਾਈਟ ਐਂਗਲ 2 ਰਾਈਟ ਐਂਗਲ ਇੱਕ ਰਾਈਟ ਐਂਗਲ 90 ਡਿਗਰੀ ਦੋ ਰਾਈਟ ਐਂਗਲ 180 ਡਿਗਰੀ ਤਾਂ ਕਿਤਾਬਾਂ ਦੇ ਵਿੱਚ ਆ ਲਿਖਿਆ ਹੁੰਦਾ ਹੈ ਇਹ ਦੋ ਲਾਈਨਾਂ ਉਹ ਵਾਲੇ ਪਾਸੇ ਮਿਲਣਗੀਆਂ ਜਿਹੜੇ ਪਾਸੇ ਆ ਦੋ ਐਂਗਲਾਂ ਦਾ ਜੋੜ टू राइट एंगल तो छोटा होगा मतलब 180 डिग्री तो छोटा होगा बोलो जी कोई डाउट है कोई भी डाउट है तो पूछ लो कुछ भी पूछना है पूछ लो फिर उस तो वक्रे वक्रे मैथ वाले काम किया एक ने कि करके दसिया को अगर का जोड़ एक जोड़ 180 बन गया ना पहलिया ने की क्या यूक्लिड ने की क्या जेड़े पासो एक सौ तो अस्सी तो छोटा होधरों मिल जाएगी जेड़े पासो एक सौ अस्सी तो छोटा होगा उधरों मिल जाएगियाँ दूजे ने की क्या अगर एक सौ अस्सी बन गया ना अगर एक सौ अस्सी पूरा पूरा बन गया एक सौ अस्सी तो छोटा वड्डा नहीं अगर एक सौ अस्सी पूरा बन गया ना तो यह दो लाइना पैरल हो जाएगिया दो लाइन बराबर बराबर चलनिया कद भी नहीं कदे भी नहीं मिल ਦੋ ਲਾਈਨਾਂ ਬਰਾਬਰ ਬਰਾਬਰ ਚੱਲਣੀਆਂ ਕਦੇ ਵੀ ਨਹੀਂ ਮਿਲ ਸਕਦੀਆਂ ਆ ਵੇਖੋ ਵੈਸੇ ਵੀ ਤੁਹਾਨੂੰ ਵਿਖਦਾ ਹੀ ਇਹ ਸਾਫ਼ ਸਾਫ਼ ਆ ਵੇਖੋ ਆ ਵੀ 90 ਆ ਵੀ 90 ਆ ਦੋ ਬਰਾਬਰ ਬਰਾਬਰ ਹੀ ਚੱਲਿਆ ਨਹੀਂ ਕਦੇ ਮਿਲ ਸਕਦੇ ਨਹੀਂ ਜਿੱਧਰੋਂ ਮਰਜੀ ਵਧਾਈ ਚੱਲੋ ਬੋਲੋ ਕੋਈ ਡਾਊਟ ਹੈ ਤਾਂ ਪੁੱਛੋ ਪੁੱਛੋ ਡਾਊਟ ਪੁੱਛੋ ਫਿਰ ਮਜ਼ਾ ਆਏਗਾ ਐਵੇਂ ਤਾਂ ਮੈਂ ਬੋਲ ਹੀ ਜਾਾਂਗਾ ਐਵੇਂ ਕੀ ਫਾਇਦਾ ਆ ਨਾ ਇਹ ਆ ਪੰਜਵਾਂ ਮੈਂ ਰਿਪੀਟ ਕਰ ਦੇਣਾ ਕੋਈ ਗੱਲ ਹੋਰ ਬੋਲੋ ਕੋਈ ਡਾਊਟ ਬੋਲੋ ਕਿਸੇ ਹੋਰ ਬੱਚੇ ਦਾ ਰਿਪੀਟ ਤਾਂ ਕਰ ਦੇਣਾ ਮੈਂ ਰਿਪੀਟ ਕਰਨਾ ਡਾਊਟ ਨਹੀਂ ਹੁੰਦਾ ਕੁਐਸਚਨ ਪੁੱਛੋ ਕੋਈ ਇਹ ਹੋ ਗਿਆ ਤਾਂ ਕੀ ਹੋਏਗਾ ਚੱਲ ਆ ਜਾਓ ਮੈਂ ਪੰਜਵਾਂ ਦੁਬਾਰਾ ਤੋਂ ਦੱਸਣਾ ਤੁਹਾਨੂੰ ਮੈਨੂੰ ਪਤਾ ਹੈ ਬੜੀ ਵਾਰੀ ਬੱਚਿਆਂ ਨੂੰ ਪਹਿਲੀ ਵਾਰੀ ਚ ਸਮਝ ਨਹੀਂ ਆਂਦਾ ਹੁੰਦਾ ਦਬਾਰ ਤੋਂ ਸੁਣੋ ਪੰਜਵਾਂ ਪੋਸਟਲੇਟ ਪੰਜਵੇਂ ਨੇ ਕੀ ਕਿਹਾ ਆ ਦੋ ਲਾਈਨਾਂ ਨੇ ਇੱਕ ਤੀਜੀ ਲਾਈਨ ਇਹਨਾਂ ਦੇ ਉੱਤੋਂ ਦੀ ਗਈ ਉਹ ਤੀਜੀ ਲਾਈਨ ਇਹਨਾਂ ਦੋ ਲਾਈਨਾਂ ਨਾਲ ਚਾਰ ਐਂਗਲ ਬਣਾਏ ਆ ਦੋ ਇੱਕ ਪਾਸੇ ਬਣਾਏ ਤੇ ਆ ਦੋ ਇੱਕ ਪਾਸੇ ਬਣਾਏ ਚਾਰ ਐਂਗਲ ਬਣ ਗਏ ਉਹ ਕਹਿੰਦਾ ਆ ਦੋ ਲਾਈਨਾਂ ਨਾ ਉਹਨਾਂ ਚਾਰ ਐਂਗਲ ਬਣ ਗਏ ਦੋ ਆਹ ਵਾਲੇ ਪਾਸੇ ਦੋ ਆਹ ਵਾਲੇ ਪਾਸੇ ਕਹਿੰਦੇ ਆ ਇਹਨਾਂ ਨੂੰ ਆਪਸੇ ਜੋੜ ਦੋ ਇਹਨਾਂ ਨੂੰ ਆਪਸੇ ਜੋੜ ਦੋ ਜਿਹੜੇ ਇੱਕੋ ਪਾਸੇ ਵਾਲੇ ਨੂੰ ਨਾਲ ਜੋੜ ਦੋ ਮਤਲਬ ਇਹਨਾਂ ਨੂੰ ਜੋੜ ਦੋ ਤੇ ਇਹਨਾਂ ਨੂੰ ਜੋੜ ਦੋ ਕਹਿੰਦੇ ਜਿਹੜੇ ਪਾਸੇ ਆ ਐਂਗਲਾਂ ਦਾ ਜੋੜ 180 ਤੋਂ ਘੱਟ ਬਣੇਗਾ ਨਾ ਜਿਹੜੇ ਪਾਸੇ ਇਹ ਐਂਗਲਾਂ ਦਾ ਜੋੜ 180 ਤੋਂ ਘੱਟ ਬਣੇਗਾ ਨਾ ਇਹ ਦੋ ਲਾਈਨਾਂ ਉਧਰ ਮਿਲ ਜਾਣਗੀਆਂ ਇਹ ਦੋ ਲਾਈਨਾਂ ਉਧਰ ਮਿਲਣਗੀਆਂ ਆ ਵੇਖੋ ਵਧਾਓ ਆ ਮਿਲ ਗਿਆ ਆਵਲੇ ਪਾਸੇ ਜੋੜ 180 ਤੋਂ ਘੱਟ ਸੀ ਤੇ ਇੱਧਰ ਮਿਲਣ ਗਿਆ। ਆਵਲੇ ਪਾਸੇ ਜੋੜ 180 ਤੋਂ ਵੱਡਾ ਤਾਂ ਵਿਧਾਈ ਚਲੋ ਕਦੇ ਵੀ ਨਹੀਂ ਮਿਲਣੀ। ਮਿਲਣੀ ਹੀ ਨਹੀਂ ਕਦੇ ਪੱਕੀ ਗੱਲ ਹੈ। ਪੰਜਵੇਂ ਪੋਸਟ ਲੈਣਿਆਂ ਕਿਹਾ ਸੀ। ਦੋ ਲਾਈਨਾਂ ਕਿੱਧਰ ਮਿਲਣਗੀਆਂ ਜਿਹੜੇ ਪਾਸੇ 180 ਦੇ ਜੋੜ ਘੱਟ ਹੋਏਗਾ। ਜਿਹੜੇ ਪਾਸੇ ਦੋ ਐਂਗਲਾਂ ਦਾ ਜੋੜ ਕੀ ਹੋਏਗਾ ਲੈਸ ਦੈਨ ਟੂ ਰਾਈਟ ਐਂਗਲਸ। ਦੋ ਸਮਕੋਣ ਤੋਂ ਘੱਟ ਹੋਣਾ ਚਾਹੀਦਾ। ਨਹੀਂ 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 ਅੰਦਰ ਵਾਲੇ ਹਮੇਸ਼ਾ 90 ਨਹੀਂ ਹੋਣਗੇ ਆ ਵੇਖੋ ਜੇ ਅੰਦਰ ਵਾਲੇ ਹਮੇਸ਼ਾ 90 ਨਹੀਂ ਹੋਣਗੇ ਜੇ ਅੰਦਰ ਵਾਲੇ 90 ਹੋ ਗਿਆ ਵਧੀਆ ਕੁਸ਼ਣ ਬਣ ਗਿਆ ਜੇ ਅੰਦਰ ਵਾਲੇ 90 ਹੋ ਗਏ ਇਹਦਾ ਮਤਲਬ ਆ ਵੀ 90 ਆ ਵੀ 90 ਤਾਂ ਜੋੜ ਕਿੰਨਾ ਬਣ ਗਿਆ ਜੋੜ ਕਿੰਨਾ ਬਣ ਗਿਆ 180 ਬਣ ਗਿਆ ਪੂਰਾ ਪੂਰਾ ਆਪਾਂ ਕੀ ਕਹ ਕਦੋਂ ਮਿਲਣਗੇ ਜਦੋਂ 180 ਤੋਂ ਘੱਟ ਹੋਏਗਾ ਆਪਾਂ ਕਦੋਂ ਕਹਿ

एक गल हमेशा याद रखो चार एंगल मतलब दो पास बनने एक पास एक सौ अस्सी तो घट होएगा एक पास एक सौ अस्सी तो वो होएगा यह नहीं होएगा होगा एक सौ अस्सी ना तो ना 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 एक पास एक सौ अस्सी तो घट होएगा हो सौ अस्सी तो वो होएगा जेड़े पासे एक सौ अस्सी तो घट होएगा हो मिल जाएगी जेड़े पास एक सौ अस्सी तो नहीं मिलने चल गया पता एवं कदम भी नहीं होगा एक सौ अस्सी तो वो हो जाए ना क्योंकि तीन सौ साठ बनना है जे दो पास एक सौ अस्सी तो वे इधर एक सौ नब्बे उधर भी एक सौ नब्बे वो तो फिर हो गया तीन सौ साठ तो वाजी जसवीर कौर बोलो बोलो पुछो कुछ भी पूछना पुछो ਏਕੇ ਬੋਲੂ ਵੱਕੇ ਕਰੋ ਐਂਗਲ ਬਣਾਤੇ ਚਾਰ ਤੁਸੀਂ ਠੀਕ ਹੈ ਕੀ ਕਹਿਣਾ ਚਾਹੁੰਦੇ ਜੌਨਿੰਨ ਬਾਰੇ ਹਾਂ ਬਿਲਕੁਲ ਇੱਕ ਵੱਡਾ ਤੇ ਇੱਕ ਛੋਟਾ ਹੋ ਸਕਦਾ ਆ ਦੇਖੋ ਆ ਦੇਖੋ ਧਿਆਨ ਨਾਲ ਸਮਝੋ ਇਹਨਾਂ चलो आ एंगल मान लो है अस्सी आ एंगल है अस्सी एंगल है सत्तर फिर आ वाला की बच्चों आप पे दसो हाँ टोटल एक सौ अस्सी बनना चाहिए ना तो यह हो गया एक सौ दस हो गया सौ चल गया पता ਉਨਕੇਡੇ ਪਾਸੇ ਵੇਖੋ ਐਂਗਲ ਛੋਟਾ ਬੰਦਾ ਪਿਆ 180 ਤੋਂ ਇਧਰੋਂ ਬੰਦਾ ਪਿਆ ਨਾ ਇਹ ਟੋਟਲ 150 ਬੰਦਾ ਪਿਆ 180 ਤੋਂ ਛੋਟਾ ਤਾਂ ਇਹ ਵਾਲੇ ਪਾਸੇ ਮਿਲ ਲੈਣਗੇ ਦੋਵਾਂ ਪਾਸੋਂ ਬਤਾ ਦੋ ਬਸ ਇਧਰੋਂ ਜਿਵੇਂ ਮਰਜ਼ੀ ਬਤਾਈ ਜੋ ਕਦੇ ਵੀ ਨਹੀਂ ਮਿਲਣਾ ਬੋਲੋ ਕੋਈ ਡਾਊਟ ਹੈ ਤਾਂ ਕੁਝ ਵੀ ਪੁੱਛਣਾ ਪੁੱਛੋ ਜਿਹੜੇ ਪਾਸੇ ਆ ਐਂਗਲ ਦਾ ਜੋੜ 180 ਤੋਂ ਛੋਟਾ ਹੋਏਗਾ ਬਸੋ ਵਾਲੇ ਪਾਸੋਂ ਮਿਲ ਜੇਗਾ ਹੋਰ ਕੁਝ ਵੀ ਹੰਦੇ ਚੈਨ ਫਿਰ ਉਸ ਤੋਂ ਬਾਅਦ ਇੱਕ ਹੋਰ ਮੈਥਮੈਟਿਸ਼ੀਅਨ ਆਇਆ ਉਹਨੇ ਕੀ ਕੀਤਾ ਕਹਿੰਦਾ ਅਗਰ ਐਂਗਲਾਂ ਦਾ ਜੋੜ 180 ਹੋ ਗਿਆ ਇਹਨਾਂ ਦਾ ਵੀ ਜੋੜ 180 ਇਹਨਾਂ ਦਾ ਵੀ 180 ਤਾਂ ਕਹਿੰਦਾ ਫਿਰ ਆ ਦੋ ਲਾਈਨਾਂ ਕਦੇ ਵੀ ਨਹੀਂ ਮਿਲਣੀਆਂ ਕਦੇ ਵੀ ਨਹੀਂ ਮਿਲਣੀਆਂ ਦੋਵਾਂ ਪਾਸੋਂ ਕਿਸੇ ਪਾਸੋਂ ਨਹੀਂ ਮਿਲਣੀਆਂ ਤਾਂ ਮਤਲਬ ਲਾਈਨਾਂ ਕਿ ਹੋਣਗੀਆਂ ਪੈਰਲਲ ਹੋਣਗੀਆਂ ਇੱਕ ਦੂਜੇ ਦੇ ਬਰਾਬਰ ਬਰਾਬਰ ਚੱਲਣਗੀਆਂ ਆ ਕਿਸੇ ਹੋਰ ਨੇ ਦਿੱਤਾ ਇੱਕ ਅੱਧੇ ਦਿਖਾਣੀ ਐ ਨਹੀਂ ਬੜਿਆਂ ਨੇ ਕੰਮ ਕੀਤਾ ਤੇ ਫਿਰ ਰਿਜ਼ਲਟ ਬਣੇ ਨੇ ਯੂਕਲਿਡ ਦੇ ਪੋਸਲੇਟ ਤੋਂ ਬਾਅਦ ਬੜੇ ਮੈਥਮੈਟਿਸ਼ੀਅਨਾਂ ਨੇ ਕੰਮ ਕੀਤਾ ਫਿਰ ਆ ਰਿਜ਼ਲਟ ਬਾਰੇ ਨੇ ਠੀਕ ਹੈ ਫਿਰ ਹੋਰ ਵੀ ਹੈ ਕਿ ਨੀਓਕਲਿਡ ਪੰਜਵੇਂ ਤੋਂ ਜਿਹੜਾ ਕੰਮ ਕੀਤਾ ਮੈਂ ਤੁਹਾਨੂੰ ਇੱਕ ਅਧੋਰ ਵੀ ਦੱਸਣਾ ਇੱਕ ਅਧੋਰ ਵੀ ਦੱਸਣਾ ਬੋਲੋ ਬੋਲੋ ਕੋਈ ਪੁੱਛਣਾ ਪੁੱਛ ਲਓ ਟਾਈਮ ਹੈ ਜੇ ਤਾਂ ਕੋਈ ਪੁੱਛਣਾ ਪੁੱਛ ਲਓ ਪੋਚ ਲੋ ਪੋਚ ਲੋ ਕੋਈ ਪੁੱਛਣਾ ਤਾਂ ਆ ਜਾ ਫਿਰ ਪੰਜਵੇਂ ਪੋਸਟਲੇਟ ਤੋਂ ਹੋਰ ਮੈਥਮੈਟਿਕਸ਼ਨਾ ਨੇ ਕੀ ਕੀ ਰਿਜ਼ਲਟ ਕੱਢੇ ਆ ਜਾ ਫਿਰ ਇੱਕ ਇੱਕ ਕਰਕੇ ਉਹ ਵੀ ਕਰਨੇ ਆ ਕਹਿੰਦੇ ਇੱਕ ਲਾਈਨ ਹੈ ਆਹ ਕੁਐਸਚਨ ਕਰਨੇ ਆ ਕਰਾਂਗੇ ਕਰਾਂਗੇ ਟੈਨਸ਼ਨ ਨਾ ਲਓ ਤੁਹਾਨੂੰ ਪੂਰੀ ਅਸਾਈਮੈਂਟ ਦਾਂਗਾ ਆਹ ਪੂਰੀ ਅਸਾਈਮੈਂਟ ਹੈਗੀ ਆਪਣੇ ਕੋਲ 50 ਕੁਐਸਚਨ ਆਦੇ ਤੁਸੀਂ ਟੈਨਸ਼ਨ ਨਾ ਲਓ ਆ ਇੱਕ ਲਾਈਨ ਹੈ ਆ ਇੱਕ ਪੁਆਇੰਟ ਹੈ ਆ ਇੱਕ ਲਾਈਨ ਹੈ ਤੇ ਇੱਕ ਪੁਆਇੰਟ ਹੈ ਪੁਆਇੰਟ ਹੈ ਜੇ ਵੀ ਉਹ ਲਾਈਨ ਦੇ ਉੱਤੇ ਨਹੀਂ ਪਿਆ ਕਿਤੇ ਬਾਹਰ ਪਿਆ ਹੋਇਆ ਹੈ ਲਾਈਨ ਤੋਂ ਇੱਕ ਲਾਈਨ ਹੈ ਇੱਕ ਪੁਆਇੰਟ ਹੈ ਜੋ ਲਾਈਨ ਦੇ ਉੱਤੇ ਨਹੀਂ ਪਿਆ ਕਿਤੇ ਬਾਹਰ ਪਿਆ ਹੋਇਆ ਹੈ ਤੇ ਇੱਕ ਮੈਥਮੈਟਿਸ਼ੀਅਨ ਨੇ ਕੀ ਕੀਤਾ ਉਹਨੇ ਕੀ ਰਿਜ਼ਲਟ ਬਣਾਇਆ ਕਹਿੰਦਾ ਤੁਸੀਂ ਆਪਣੇ ਪਤਾ ਪੁਆਇੰਟ ਦੇ ਵਿੱਚੋਂ ਕਿੰਨੀਆਂ ਲਾਈਨਾਂ ਨਿਕਲਣਗੀਆਂ ਜਲਦੀ ਜਲਦੀ ਦੱਸ ਦੋ ਆ ਪੁਆਇੰਟ ਦੇ ਵਿੱਚੋਂ ਕਿੰਨੀਆਂ ਲਾਈਨਾਂ ਨਿਕਲਣਗੀਆਂ ਇੱਕ ਪੁਆਇੰਟ ਦੇ ਵਿੱਚੋਂ ਕਿੰਨੀਆਂ ਲਾਈਨਾਂ ਨਿਕਲਦੀਆਂ ਨੇ ਇਨਫਿਨਾਈਟ ਲਚੀਤਾ ਬਹੁਤ ਵਧੀਆ ਇੱਕ ਪੁਆਇੰਟ ਦੇ ਵਿੱਚ ਇਨਫਿਨਾਈਟ ਲਾਈਨਾਂ ਨਿਕਲਦੀਆਂ ਨੇ ਆਪਾਂ ਕਿਹਾ ਸੀ ਤਾਂ ਉਹਨਾ ਪੁਆਇੰਟ ਦੇ ਵਿੱਚੋਂ ਲਾਈਨਾਂ ਤਾਂ ਇਨਫਿਨਾਈਟ ਨਿਕਲਣਗੀਆਂ ਪਰ ਆਹ ਵਾਲੀ ਲਾਈਨ ਦੇ ਪੈਰਲਲ ਜਿਹੜੀਆਂ ਲਾਈਨਾਂ ਹੋਣਗੀਆਂ ਨਾ ਉਹ ਸਿਰਫ ਇੱਕੋ ਹੀ ਹੋਏਗੀ ਆ ਲਿਖੋ ਬੜਾ ਵਧੀਆ ਰਿਜ਼ਲਟ ਹੈ ਕਹਿੰਦਾ ਪੁਆਇੰਟ ਦੇ ਵਿੱਚੋਂ ਤਾਂ ਬੜੀਆਂ ਲਾਈਨਾਂ ਬਣ ਜਾਣਗੀਆਂ ਤੁਹਾਡੀ ਗੱਲ ਸਹੀ ਏ ਇਨਫਿਨਾਈਟ ਲਾਈਨਾਂ ਬਣਣਗੀਆਂ ਪਰ ਕਹਿੰਦਾ ਜਿਹੜੀ ਆਹ ਵਾਲੀ ਲਾਈਨ ਦੇ ਪੈਰਲਲ ਹੋਏਗੀ ਨਾ गिवन ਲਾਈਨ ਦੇ ਜੋ ਮੈਨੂੰ ਪਹਿਲਾ ਲਾਈਨ ਦਿੱਤੀ ਹੋਈ ਏ ਉਹ ਸਿਰਫ ਇੱਕੋ ਹੀ ਹੋਏਗੀ ਚੱਲ ਗਿਆ ਪਤਾ ਆ ਵੇਖੋ ਇਹ ਪੁਆਇੰਟ ਦੇ ਵਿੱਚੋਂ ਤਾਂ ਬੜੀਆਂ ਲਾਈਨਾਂ ਨਿਕਲਣਗੀਆਂ ਤੁਹਾਡੀ ਗੱਲ ਸਹੀ ਏ ਪਰ ਕਹਿੰਦਾ ਆਹ ਵਾਲੀ ਲਾਈਨ ਦੇ ਪੈਰਲਲ ਕਿੰਨੀ ਹੋਣਗੀਆਂ ਕੁਐਸਚਨ ਹੋਵੇ ਆ ਲਾਈਨ ਦੇ ਪੈਰਲਲ ਸਿਰਫ ਇੱਕੋ ਲਾਈਨ ਹੋਏਗੀ ਤਾਂ ਕਿਸੇ ਹੋਰ ਮੈਥਮੈਟਿਸ਼ੀਅਨ ਨੇ ਦੱਸਿਆ ਸੀ ਜਿਹੜਾ ਇਹਦਾ ਪ੍ਰੂਫ ਏ ਨਾ ਜਿਹੜਾ ਪੰਜਵੇਂ ਪੋਸਟਲੇਟ ਨੂੰ ਯੂਜ਼ ਕਰਕੇ ਉਹਨੇ ਇਹਦਾ ਪ੍ਰੂਫ ਦਿੱਤਾ ਸੀ ਇਹ ਪੰਜਵੇਂ ਪੋਸਟਲੇਟ ਯੂਜ਼ ਕੀਤਾ ਤੇ ਆਹ ਚੀਜ਼ ਪ੍ਰੂਫ ਕੀਤੀ ਸੀ ਉਹਨੇ ਕਹਿੰਦਾ ਪੁਆਇੰਟ ਚ ਲਾਈਨਾਂ ਬੜੀਆਂ ਨਿਕਲਣਗੀਆਂ ਨਫਲਾਈਟ ਨਿਕਲਣਗੀਆਂ ਉਹ ਪਹਿਲੇ ਪੋਸਟਲੇਟ ਪਹਿਲੇ ਨਹੀਂ ਦੱਸ ਦਿੱਤਾ ਸੀ ਪਰ ਕਹਿੰਦਾ ਉਹ ਵਾਲੀਆਂ ਕਿੰਨੀਆਂ ਹੋਣਗੀਆਂ ਜੋ ਆਹ ਵਾਲੀ ਲਾਈਨ ਦੇ ਪੈਰਲਲ ਹੋਣਗੀਆਂ ਉਹ ਸਿਰਫ ਇੱਕੋ ਹੋਏਗੀ ਚੱਲ ਗਿਆ ਪਤਾ ਤਾਂ ਕੀ ਉਹਨੇ ਲਾਈਨ ਲਿਖੀ ਕਹਿੰਦਾ ਤੁਹਾਡੇ ਕੋਲ ਇੱਕ ਲਾਈਨ ਦਿੱਤੀ ਹੋਈ ਹੈ ਤੇ ਇੱਕ ਪੁਆਇੰਟ ਦਿੱਤਾ ਆ ਜੋ ਲਾਈਨ ਦੇ ਉੱਤੇ ਲਾਈਨ ਨਹੀਂ ਕਰਦਾ ਤਾਂ ਕਹਿੰਦਾ ਉਹ ਪੁਆਇੰਟ ਦੇ ਵਿੱਚੋਂ ਪਾਸ ਕਰਨ ਵਾਲੀ ਇੱਕੋ ਹੀ ਲਾਈਨ ਹੈ ਜੋ ਪਹਿਲਾ ਲਾਈਨ ਦਿੱਤੀ ਹੁੰਦੇ ਪੈਰਲਲ ਹੋਏ ਤੇ ਇਹ ਕੀ ਸੀ ਆਪਣਾ ਪੰਜਵੇਂ ਪੋਸਟਲੇਟ ਤੋਂ ਬਾਅਦ ਉਹਨੂੰ ਵਰਤ ਕੇ ਜੋ ਦੂਜੇ ਮੈਥਮੈਟਿਸ਼ੀਅਨ ਨੇ ਆਪਾਂ ਨੂੰ ਰਿਜ਼ਲਟ ਦਿੱਤਾ ਨਵਾਂ ਬੋਲੋ ਚੱਲਿਆ ਪਤਾ ਕਿ ਨਹੀਂ ਚੱਲਿਆ بڑے ਬੱਚੇ ਪਹਿਲੀ ਵਾਰੀ ਥਿਉਰੀ ਪੜ੍ਹਦੇ ਪਹੁੰਨਗੇ ਮੈਥ ਦੀ ਅਜੇ ਤੱਕ ਤਾਂ ਸਵਾਲ ਹੀ ਸੋਲ ਕੀਤੇ ਨੇ ਸਾਰਿਆਂ ਨੇ ਪਹੁੰਚਾਂਗੇ ਪਹੁੰਚਾਂਗੇ ਟੈਨਸ਼ਨ ਨਾਲ ਸੁਵਾਲਾ ਤੇ ਵੀ ਪਹੁੰਚਾਂਗੇ ਉਹਦੋਂ ਵੀ ਪੂਰਾ ਆਪਾਂ ਕਰਾਂਗੇ ਟੈਨਸ਼ਨ ਨਾਲ ਆਜੋ ਫਿਰ ਅੱਗੇ ਆਜੋ ਇੱਕ ਨੇ ਹੋਰ ਬੜੀ ਵਧੀਆ ਚੀਜ਼ ਦਿੱਤੀ ਇੱਕ ਨੇ ਹੋਰ ਬੜੀ ਵਧੀਆ ਚੀਜ਼ ਦਿੱਤੀ ਕਹਿੰਦਾ ਦੋ ਲਾਈਨਾਂ ਨੇ ਜੋ ਕੱਟ ਕਰਦੀਆਂ ਪਿਆ ਨੇ ਤਾਂ ਦੋ ਲਾਈਨਾਂ ਨੇ ਜੋ ਕੱਟ ਕਰਦੀਆਂ ਪਿਆ ਨੇ ਕਹਿੰਦਾ ਕੋਈ ਲਾਈਨ ਹੈ ਜੋ ਇਹਦੇ ਪੈਰਲਲ ਕੋਈ ਲਾਈਨ ਹੈ ਜੋ ਇਹਦੇ ਪੈਰਲਲ ਹੈ ਇੱਕ ਲਾਈਨ ਦੇ ਪੈਰਲਲ ਤਾਂ ਕਹਿੰਦਾ ਫਿਰ ਉਹ ਦੂਜੀ ਦੇ ਪੈਰਲਲ ਨਹੀਂ ਹੋ ਸਕਦੀ ਬਸ ਇੰਨੀ ਕੁ ਗੱਲ ਸੀ ਸਮਝਣ ਵਾਲੇ ਸਮਝ ਗਏ ਕਹਿੰਦਾ ਅਗਰ ਦੋ ਲਾਈਨਾਂ ਨੇ ਨਾ ਤਾਂ ਕੋਈ ਤੀਜੀ ਲਾਈਨ ਹੈ ਆ ਪਹਿਲੀ ਲਾਈਨ ਹੋਗੀ ਆ ਦੂਜੀ ਲਾਈਨ ਹੋਗੀ ਕਹਿੰਦਾ ਕੋਈ ਤੀਜੀ ਲਾਈਨ ਹੈ ਜੋ ਪਹਿਲੀ ਲਾਈਨ ਦੇ ਪੈਰਲਲ ਹੈ ਤਾਂ ਦੂਜੀ ਦੇ ਨਹੀਂ ਹੋ ਸਕਦੀ ਆ ਲਓ ਪਹਿਲੀ ਦੇ ਪੈਰਲਲ ਬਣਾਓ ਆ ਪੈਰਲਲ ਹੈ ਤਾਂ ਦੂਜੀ ਦੇ ਪੈਰਲਲ ਥੋੜੀ ਹੈ ਦੂਜੀ ਨੂੰ ਤਾਂ ਕੱਟ ਕਰ ਦੇਵੀਂ ਜੇ ਦੂਜੀ ਦੇ ਪੈਰਲਲ ਬਣਾਓਗੇ ਜੇ ਦੂਜੀ ਦੇ ਪੈਰਲਲ ਬਣਾਓਗੇ ਤਾਂ ਪਹਿਲੀ ਨੂੰ ਕੱਟ ਕਰੇਗੀ ਆ ਵੇਖ ਲਓ ਆ ਦੂਜੀ ਦੇ ਪੈਰਲਲ ਬਣਾ ਲਓ ਆ ਲਓ ਉਹਨੋਂ ਪਹਿਲੀ ਦੇ ਪੈਰਲਲ ਹੈ ਨਹੀਂ ਪਹਿਲੀ ਨੂੰ ਕੱਟ ਕਰਦੀ ਬੋਲੋ ਚੱਲ ਗਿਆ ਪਤਾ ਇਹਦਾ ਪ੍ਰੂਫ ਵੀ ਪੰਜਵੇਂ ਪੋਸਟਲੇਟ ਦੀ ਮਦਦ ਹੋਇਆ ਹੋਇਆ ਹੈ ਅਗਰ ਦੋ ਲਾਈਨਾਂ ਨੇ ਉਹ ਕੱਟ ਕਰਦੀਆਂ ਭਈਆਂ ਨੇ ਤਾਂ ਕਹਿੰਦਾ ਕੋਈ ਤੀਜੀ ਲਾਈਨ ਹੈ ਨਾ ਕੋਈ ਤੀਜੀ ਲਾਈਨ ਹੈ ਜੋ ਪਹਿਲੀ ਲਾਈਨ ਦੇ ਪੈਰਲਲ ਹੈ ਤਾਂ ਦੂਜੀ ਦੇ ਨਹੀਂ ਪੈਰਲਲ ਹੋ ਸਕਦੇ ਇਕੋ ਟਾਈਮ ਦੋਵਾਂ ਦੇ ਪੈਰਲਲ ਨਹੀਂ ਹੋ ਸਕਦਾ ਇਹ ਵੀ ਲਾਈਨ ਵਧੀਏ ਇਹ ਰਿਜ਼ਲਟ ਨੂੰ ਆਪਾਂ ਹੋਰ ਛੋਟਾ ਕਰਕੇ ਲਿਖ ਸਕਦੇ ਆ ਕਿੰਦਾ ਅਗਰ L1 ਤੇ L2 ਕੱਟਾ ਕਰ ਦਿਆਂ ਪਿਆਨੇ ਤਾਂ ਕਿੰਦਾ ਕੋਈ ਐਜੀ ਲਾਈਨ ਹੈ ਨਹੀਂ ਜੋ ਇਕੋ ਟਾਈਮ ਤੇ L1 ਦੇ ਵੀ ਪੈਰਲਲ ਹੋ ਜਾਏ ਤੇ L2 ਦੇ ਵੀ ਪੈਰਲਲ ਹੋ ਜਾਏ ਬਿਲਕੁਲ ਜੀ ਜਸਵੀਰ ਜੀ ਬਿਲਕੁਲ ਸਹੀ ਹੈ ਐਜੀ ਕੋਈ ਲਾਈਨ ਹੈ ਨਹੀਂ ਇੱਕੋ ਟਾਈਮ ਤੇ ਜੋ L1 ਦੇ ਵੀ ਪੈਰਲਲ ਹੋ ਜੇ ਤੇ L2 ਦੇ ਵੀ ਪੈਰਲਲ ਹੋ ਜੇ ਪੋਸਟਲੇਟ ਆਪਣੇ ਖਤਮ ਹੋ ਗਏ ਜੋ ਨਾ ਤੇ ਕੰਮ ਹੋਇਆ ਉਹ ਵੀ ਖਤਮ ਹੋ ਗਿਆ ਕਿਸੇ ਵੀ ਬੱਚੇ ਨੂੰ ਕੋਈ ਡਾਊਟ ਹੈ ਤਾਂ ਪੁੱਛ ਸਕਦਾ ਥੋੜਾ ਜਿਹਾ ਕੰਮ ਹੋਰ ਕਰਾਂਗੇ ਆਪਾਂ ਅੱਜ ਥੋੜਾ ਜਿਹਾ ਕੰਮ ਹੋਰ ਕਰਾਂਗੇ ਕਿਸੇ ਵੀ ਬੱਚੇ ਨੂੰ ਕੋਈ ਡਾਊਟ ਹੈ ਤਾਂ ਪੁੱਛ ਲਓ ਜੀ ਪਹਿਲਾਂ ਟਾਈਮ ਹੀ ਹੁੰਦਾ ਤੁਹਾਡੇ ਕੋਲ ਅਜੇ ਤਾਂ ਟਾਈਮ ਹੈ ਪੁੱਛ ਲੋ ਪੁੱਛ ਲੋ ਬੋਲ ਕੇ ਪੁੱਛ ਲੋ ਮਾਈਕ ਓਨ ਕਰਕੇ ਪੁੱਛ ਲੋ ਕੋ ਜੀ ਪੁੱਛਣਾ ਤਾਂ ਐਗਜ਼ਾਮ ਕਰਾਤੇ ਸੀ ਐਗਜ਼ਾਮ ਪਿਛਲੀ ਕਲਾਸ ਦੇ ਵਿੱਚ ਕਰਾਤੇ ਸੀ ਸਰ ਦੋਨੋਂ ਵਾਲੀ ਲਾਈਨਸ ਵਾਲਾ ਰਿਪੀਟ ਕਰਨੇ ਕੁਸ਼ਨ ਆ ਕਹਿੰਦੇ ਜਿਵੇਂ ਦੋ ਲਾਈਨ ਆ ਰਹੇ ਇੱਕ ਕੈਲਵਨ ਤੇ ਕੈਲਟੋ ਕਹਿੰਦੇ ਐ ਜੀ ਕੋਈ ਲਾਈਨ ਐ ਨਹੀਂ ਜੋ ਇੱਕੋ ਟਾਈਮ ਤੇ L1 ਦੇ ਵੀ ਪੈਰਲਲ ਹੋ ਜੇ ਤੇ L2 ਦੇ ਵੀ ਪੈਰਲਲ ਹੋ ਜੇ ਐ ਜੀ ਕੋਈ ਲਾਈਨ ਐ ਨਹੀਂ ਕਹਿੰਦੇ ਲਾਈਨ ਡਰਾ ਕਰੋਗੇ ਉਹਨਾਂ ਜੀ L1 ਦੇ ਪੈਰਲਲ ਹੈ ਪਰ L2 ਦੇ ਨਹੀਂ ਅਗਰ ਆਵਲੀ ਲਾਈਨ L2 ਦੇ ਪੈਰਲਲ ਹੈ ਪਰ L1 ਦੇ ਨਹੀਂ ਤੇ ਇੱਕੋ ਟਾਈਮ ਤੇ ਕੋਈ ਵੀ ਲਾਈਨ ਦੋਨਾਂ ਦੇ ਪੈਰਲਲ ਨਹੀਂ ਹੋ ਸਕਦੀ ਚੱਲ ਗਿਆ ਪਤਾ ਇੱਕ ਬੱਚੇ ਦਾ ਡਾਊਟ ਹੈ ਜੀ ਇੱਕ ਬੱਚੇ ਦਾ ਡਾਊਟ ਹੈ ਜੀ ਕਹਿੰਦੇ x y ਹੈਗਾ ਬਰਾਬਰ 10 ਦੇ ਫਿਰ ਉਸ ਤੋਂ ਬਾਅਦ ਆ ਦਿੱਤਾ ਹੋਇਆ ਜੀ ਉਸ ਤੋਂ ਬਾਅਦ ਆ ਦਿੱਤਾ ਹੋਇਆ ਜੀ ਤੇ ਕਹਿੰਦੇ ਕਿਹੜਾ ਐਕਸੀਅਮ ਹੈ ਉਹ ਯਾਦ ਕਰੋ ਬਰਾਬਰ ਜੋੜਨ ਤੇ ਕੋਈ ਫਰਕ ਨਹੀਂ ਪੈਂਦਾ ਕਿੰਵਾ ਸੀ ਦੂਜਾ ਸੀ ਦੋਵਾਂ 'ਚ ਬਰਾਬਰ ਬਰਾबरी ਜੋੜਿਆ ਕੋਈ ਫਰਕ ਨਹੀਂ ਪੈਣਾ ਦੂਜਾ ਐਕਸੀਅਮ ਹੈ ਬਰਾਬਰ ਘਟਾਉਣ ਤੇ ਕੋਈ ਫਰਕ ਨਹੀਂ ਪੈਣਾ ਤੀਜਾ ਕੋਲ ਦੇ ਨਹੀਂ ਆ ਚੇਜਰ ਬਰਾਬਰ ਜੋੜਨ ਤੇ ਕੋਈ ਫਰਕ ਨਾ ਪਈ ਬਰਾਬਰ ਘਟਾਉਣ ਤੇ ਕੋਈ ਫਰਕ ਨਾ ਪਈ ਇਹ ਦੂਜਾ ਤੀਜਾ ਨੇ ਯਾਦ ਰੱਖੋ ਤੁਹਾਨੂੰ ਲਾਈਨ ਵਿੱਚ ਹੀ ਲਿਖਾਈ ਸੀ ਇਹ ਸਾਰੇ ਚੱਲਾ ਜੋ ਅੱਗੇ ਚੱਲਨੇ ਆ ਫਿਰ ਹੋਰ ਵੀ ਪੁੱਛ ਲੋ ਕਿਸੇ ਬੱਚੇ ਦਾ ਕੋਈ ਹੋਰ ਡਾਊਟ ਹੈਗਾ ਤਾਂ ਚੱਲਾ ਜੋ ਇੱਕ ਹੋਰ ਛੋਟੀ ਜੀ ਚੀਜ਼ ਕਰਨੀ ਆਪਾਂ ਜੀ ਬਸ ਜਮਾ ਛੋਟੀ ਜੀ ਚੀਜ਼ 5 ਮਿੰਟ ਦਾ ਕੰਮ ਹੈ ਬਸ ਹਾਂ ਜੀ ਹਾਂ ਜੀ ਬਿਲਕੁਲ ਜੀ ਐਲੀਮੈਂਟ ਕਿੰਨੇ ਲਿਖਿਆ ਸੀ ਜੀ 13 ਤੇ ਉਹਨਾਂ ਵਿੱਚ ਸਟੇਟਮੈਂਟ ਜਾਂ ਪ੍ਰੈਪੋਜੀਸ਼ਨ ਜਾਂ ਡੈਫੀਨੇਸ਼ਨਾਂ ਕਿੰਨੇ ਆ ਸੀ ਜੀ 465 ਯਾਦ ਰੱਖਿਆ ਜੇ ਇੱਕ ਉਸ ਟਾਈਮ ਜਿਵੇਂ ਆਪਨੇ ਅੱਜ ਕੱਲ ਸਿੱਕੇ ਦੇ ਮਗਰ ਬਣਿਆ ਹੁੰਦਾ ਅਵੀ ਕੁਐਸਚਨ ਦੱਸਣਾ ਤੁਹਾਨੂੰ ਜਿਵੇਂ ਅੱਜ ਆਪਨੇ ਅੱਜਕੱਲ ਸਿੱਕੇ ਦੇ ਮਗਰ ਇੱਕੋ ਫਿਗਰ ਜੇ ਬਣੀ ਹੁੰਦੀ ਮੈਂ ਨਾਮ ਭੁੱਲ ਗਿਆ ਹੁੰਦਾ ਕੀ ਕਹਿੰਦਾ ਉਹਨੂੰ ਤੁਸੀਂ ਪੜ੍ਹਦੇ ਵੀ ਹੋਗੇ ਹਿਸਟਰੀ ਦੇ ਵਿੱਚ 1 ਰੁਪਏ ਸਿੱਕੇ ਦੇ ਮਗਰ 2 ਰੁਪਏ ਸਿੱਕੇ ਦੇ ਮਗਰ ਕੋਮਿਓਸ ਟਾਈਮ ਵੀ ਇੱਕ ਹੈ ਜੀ ਫਿਗਰ ਬੜੀ ਮਸ਼ਹੂਰ ਹੋਈ ਸੀ ਸ਼ਰੀਅੰਤਰ ਨੂੰ ਕੈਦਾ ਸੀ ਹੁੰਦਾ ਨਾਮ ਕੀ ਹੁੰਦਾ ਸੀ ਸ਼ਰੀਅੰਤਰ ਗ੍ਰੀਸ ਦੇ ਵਿੱਚ ਕਾਨੀ ਉਹ ਚੀਜ਼ ਨੂੰ ਸ਼ਰੀਅੰਤਰ ਕਹਿੰਦਾ ਸੀ ਮੈਂ ਉਹਦੀ ਫੋਟੋ ਵੀ ਭੇਜ ਦਾਂਗਾ ਤੁਹਾਡੇ ਗਰੁੱਪ ਦੇ ਵਿੱਚ ਤਾਂ ਉਹ ਸ਼ਰੀਅੰਤਰ ਦੇ ਵਿੱਚ ਟ੍ਰਾਇੰਗਲ ਬੰਦੇ ਹੁੰਦੇ ਆ ਸੀ ਵੈਸੇ ਤਾਂ ਪਤਾ ਨਹੀਂ ਟੋਟਲ ਕਿੰਨੀਆਂ ਬੰਦੀਆਂ ਨੇ ਪਰ ਇੰਪੋਰਟੈਂਟ ਕੀ ਹੁੰਦੇ 450 ਸੈਲਸ ਟ੍ਰਾਇੰਗਲ ਕਿੰਨੀਆਂ ਬੰਦੀਆਂ ਨੇ ਆ ਇੰਪੋਰਟੈਂਟ ਹੈ ਉਹਦੇ ਚ 9 ਆਈਸੋਸੈਲਸ ਟ੍ਰਾਇੰਗਲ ਬੰਦੀਆਂ ਨੇ ਜੀ 9 ਟ੍ਰਾਇੰਗਲ ਹੈ ਜਿਹੜੀਆਂ ਬੰਦੀਆਂ ਨੇ ਜਿੰਦੀਆਂ ਦੋ ਸਾਈਡਾਂ ਬਰਾਬਰ ਨੇ ਆ ਜ਼ਰੂਰ ਲਿਖ ਲਓ ਜੀ ਇਹ ਕੁਐਸਚਨ ਆ ਸਕਦਾ ਹੈ ਸ਼ਰੀ ਅੰਤਰ ਦੇ ਵਿੱਚ ਨੋ ਆਈਸੋਸੇਲ ਸਟ੍ਰੈਂਗਲ ਬੰਦیاں ਨੇ ਜੀ ਤੇ ਬ੍ਰਿਕ ਬ੍ਰਿਕ ਦੀ ਰੇਸ਼ੋ ਹੁੰਦੀ ਜੀ 4:2:1 ਉਸ ਟਾਈਮ ਦੀ ਕਹਾਣੀ ਆ ਬ੍ਰਿਕ ਦੀ ਰੇਸ਼ੋ ਕੀ ਹੁੰਦੀ ਸੀ 4:2:1 ਲੰਬਾਈ ਚੌੜਾਈ ਮੋਟਾਈ ਲੈਂਥ ਬ੍ਰੈਡਥ ਹਾਈਟ ਇਹਨਾਂ ਦੀ ਰੇਸ਼ੋ ਕੀ ਹੈ 4:2:1 ਬ੍ਰਿਕ ਮਤਲਬ ਇਟ ਜਿਹੜੀ ਉਸ ਟਾਈਮ ਮਿੱਟਾ ਬੰਦਿਆਂ ਤੋਂ ਦੀ ਕਿ ਰੇਸ਼ਿਓ ਸੀ 4:2:1 ਦੱਸਿਆ ਸੀ ਤੁਹਾਨੂੰ ਕੋਲ ਨੇ ਨਹੀਂ ਆ ਜੀ ਚੀਜ਼ ਇੰਪੋਰਟੈਂਟ ਹੈ ਫਿਰ ਇੱਕ ਪੀਰਾਮਿਡ ਨਾਮ ਦੀ ਚੀਜ਼ ਹੁੰਦੀ ਹੈ ਪੀਰਾਮਿਡ ਇਹਦੇ ਤੇ ਵੀ ਕੁਐਸਚਨ ਆ ਜਾਂਦਾ ਵੀ ਉਹਦਾ ਬੇਸ ਕਿਹੜਾ ਬੰਦਾ ਉਹਦਾ ਆ ਨੋ ਹੈਗਾ ਜੀ ਸ਼ਰੀਅੰਤਰ ਦੇ ਵਿੱਚ ਕਿੰਨੀਆਂ ਆਈਸੋਸੈਟਲ ਟ੍ਰੈਂਗਲ ਹੁੰਦੀਆਂ ਨੇ ਜੀ ਨੋ ਸ਼ਰੀਅੰਤਰ ਦੇ ਵਿੱਚ ਨੋ ਆਈਸੋਸੈਟਲ ਟ੍ਰੈਂਗਲ ਹੁੰਦੀਆਂ ਨੇ ਠੀਕ ਹੈ ਜੀ ਦਾ ਲਿਖੋ ਸ਼ਰੀਅੰਤਰ ਦੇ ਵਿੱਚ ਕਿੰਨੀਆਂ ਆਈਸੋਸੈਟਲ ਟ੍ਰੈਂਗਲ ਸੀ ਨੋ ਤਾਂ ਪਿਰਾਮਿਡ ਦੀ ਗੱਲ ਕਰ ਰਹੇ ਆਪਾਂ ਪੀਰਾਮਿਡ ਦਾ ਵਿੱਚ ਦੋ ਚੀਜ਼ਾਂ ਨੇ ਇੱਕ ਤਾਂ ਦੇਖੋ ਥੱਲੇ ਵਾਲਾ ਫਰਸ਼ ਹੋ ਗਿਆ ਬੇਸ ਹੋ ਗਿਆ ਇੱਕ ਸਾਈਡ ਵਾਲੀ ਹੋ ਕੇ ਹੁੰਦੀ ਹੈ ਸਾਈਡ ਵਾਲੇ ਫੇਸ ਇੱਕ ਹੋ ਗਿਆ ਬੇਸ ਮਤਲਬ ਥੱਲੇ ਵਾਲਾ ਹਿੱਸਾ ਇੱਕ ਹੋ ਕੇ ਹੁੰਦੀ ਹੈ ਸਾਈਡਸ ਸਾਈਡ ਵਾਲੇ ਫੇਸ ਮਤਲਬ ਸਾਈਡ ਵਾਲੀ ਕੰਧ ਤਾਂ ਦੇਖੋ ਜੋ ਬੇਸ ਹੁੰਦਾ ਉਹ ਕਿਸੇ ਵੀ ਸ਼ੇਪ ਦਾ ਹੋ ਸਕਦਾ ਹੈ ਉਹ ਟ੍ਰੈਂਗਲ ਵੀ ਹੋ ਸਕਦੀ ਹੈ ਕਵਾਡਰિલેਟਰਲ ਵੀ ਹੋ ਸਕਦਾ ਚਾਰ ਸਾਈਡਾਂ ਵਾਲਾ ਪੰਜ ਸਾਈਡਾਂ ਵਾਲਾ ਵੀ ਹੋ ਸਕਦਾ 6 ਵਾਲਾ ਵੀ ਹੋ ਸਕਦਾ ਕੋਈ ਵੀ ਪੋਲੀਗੋਨ ਹੋ ਸਕਦਾ ਮਤਲਬ ਕੋਈ ਵੀ ਫਿਗਰ ਹੋ ਸਕਦੀ ਥੱਲੇ ਤਿੰਨ ਸਾਈਡਾਂ ਵਾਲੀ ਚਾਰ ਸਾਈਡਾਂ ਵਾਲੀ ਪੰਜ ਸਾਈਡਾਂ ਵਾਲੀ ਕੋਈ ਵੀ ਪੋਲੀਨੋਮੀਅਲ ਹੋ ਸਕਦੀ ਥੱਲੇ ਤਾਂ ਪਿਰਾਮਿਡ ਦਾ ਬੇਸ ਕੁਝ ਵੀ ਹੋ ਸਕਦਾ ਜੀ ਪਰ ਜਿਹੜੀਆਂ ਸਾਈਡ ਵਾਲੇ ਨੇ ਸਾਈਡ ਵਾਲੇ ਫੇਸ ਨੇ ਉਹ ਕਿ ਹੋਣਗੇ ਜੀ ਟ੍ਰੈਂਗਲ ਹੀ ਹੋਣਗੇ ਬਸ ਆ ਲਿਖ ਲੋ ਜੀ ਆ ਪੇਪਰ ਦੇ ਵਿੱਚ ਸਿੱਧਾ ਆ ਜਾਣਾ ਹੈ ਪੀਰਾਮਿਡ ਦਾ ਬੇਸ ਕੀ ਹੋਏਗਾ ਪੀਰਾਮਿਡ ਦਾ ਬੇਸ ਕੀ ਹੋਏਗਾ ਕੋਈ ਵੀ ਹੋ ਸਕਦਾ ਜੀ ਤ੍ਰੀਭੁਜ ਵੀ ਹੋ ਸਕਦਾ ਹੈ ਵਰਗ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਕੋਈ ਵੀ ਬਹੁਪਜ ਹੋ ਸਕਦਾ ਹੈ ਐਨੀ ਪੋਲੀਗਨ ਕੋਈ ਵੀ ਹੋ ਸਕਦਾ ਪਰ ਸਾਈਡ ਵਾਲੇ ਫੇਸ ਕੀ ਹੋਣਗੇ ਪੰਜਾਬੀ ਚ ਗੱਲ ਕਰੀਏ ਤੈਨੂੰ ਕੀ ਕਹਿੰਦਾ ਪਾਸਵੀਆ ਫਲਕਾ ਸਾਈਡ ਵਾਲੇ ਫੇਸ ਕੀ ਹੋਣਗੇ ट्रेंगल होमपोटेंट रख पिरामिड का बेस कुछ भी हो सकता है कोई भी ट्रेंगल, लेटरल, पांच ट्रैगल वाले छे वाला कुछ भी हो सकता है पर साइड वाले फेस की हो गए सिर्फ त्री बुज हो ट्रैंगल हो गए ठीक है जी, जी जिन्हों का डाउट वाला हो गया जिन्हों का भी आ डाउट हो गया जी ਸ਼ੀਵ ਦਾ ਨਾਮ ਸ਼ਿਵ ਡਾਊਟ ਸੀ ਸ਼ੀਵ ਦਾ ਕੋਈ ਡਾਊਟ ਹੈ ਤਾਂ ਪੁੱਛ ਲਓ ਜੀ ਕੋਈ ਵੀ ਡਾਊਟ ਹੈ ਤਾਂ ਪੁੱਛ ਲਓ ਜੀ ਇੱਕ ਕੰਸਟਰਕਸ਼ਨ ਤੇ ਅਜੋ ਛੋਟਾ ਜਿਹੜਾ ਕੰਮ ਹੈ ਪ੍ਰਕਾਰ ਨਾਲ ਕਿਹੜਾ ਐਂਗਲ ਬਣ ਜਾਏਗਾ ਜੀ ਪ੍ਰਕਾਰ ਨਾਲ ਕਿਹੜਾ ਐਂਗਲ ਬਣ ਜਾਏਗਾ ਜਿਹੜਾ 7.5 ਦੇ ਪਹਾੜੇ ਤੇ ਆਏਗਾ ਨਾ ਜਿਹੋ ਐਂਗਲ ਬਣ ਜਾਣਾ ਪ੍ਰਕਾਰ ਨਾਲ ਤਾਂ ਸਾਢੇ 7 ਦਾ ਪਹਾੜਾ ਲਿਖ ਲਓ ਪਹਿਲਾਂ ਤਾਂ ਕਈਆਂ ਨੂੰ ਤਾਂਦਾ ਹੀ ਨਹੀਂ ਹੋਣਾ ਤਾਂ ਕੁਝ ਨਹੀਂ ਸਾਢੇ 7 ਤੋਂ ਸੋਖਾ 15 ਦਾ ਤਾਂਦਾ ਹੀ ਇਹ ਸਾਰਿਆਂ ਨੂੰ 15 ਦਾ ਲਿਖ ਲਓ ਤਾਂ 15 ਦਾ ਲਿਖਿਆ ਗਿਆ ਜੀ ਹੁਣ ਸਾਢੇ 7 ਸਾਢੇ 7 ਜੋੜ ਦੇ ਜੋ 15 'ਚ ਸਾਢੇ 7 ਜੋੜੇ ਸਾਢੇ 22 30 'ਚ ਜੋੜੇ ਸਾਢੇ 37 45 'ਚ ਜੋੜੇ ਤਾਂ ਸਾਢੇ 52 60 'ਚ ਜੋੜੇ ਤਾਂ ਸਾਢੇ 78 ਲੋ ਜੀ ਸਾਡੇ 7 ਦਾ ਪਹਾੜਾ ਤਿਆਰ ਹੋ ਗਿਆ। ਜੋ 15 ਦੇ ਪਹਾੜੇ ਤੇ ਆਂਦੇ ਨਾ ਉਹ ਸਾਡੇ 7 ਦੇ ਪਹਾੜੇ ਤੇ ਤਾਂ ਆਣਾ ਹੀ ਆਣਾ। ਤਾਂ ਜਿਹੜਾ ਜਿਹੜਾ ਸਾਡੇ 7 ਦੇ ਪਹਾੜੇ ਤੇ ਆਏਗਾ ਉਹ ਐਂਗਲ ਪੱਕਾ ਬਣ ਜਾਣਾ ਹੈ। ਚਲੋ ਆ ਦੱਸੋ। 35 ਡਿਗਰੀ ਦਾ ਐਂਗਲ ਬਣ ਜੇਗਾ ਕਿ ਨਹੀਂ? ਤੁਸੀਂ ਬਸ ਇਹ ਦੇਖਣਾ। ਅਗਰ ਉਹ ਸਾਡੇ 7 ਦੇ ਟੇਬਲ ਤੇ ਆਂਦਾ ਤਾਂ ਬਣ ਜੇਗਾ ਜੇ ਨਹੀਂ ਆਂਦਾ ਤਾਂ ਨਹੀਂ ਬਣਨਾ। ਬਸ ਇਹਨਾਂ ਨੂੰ ਕੰਮ ਕਰਨਾ ਹੈ ਤੁਹਾਨੂੰ। ਜਲਦੀ ਜਲਦੀ ਵੇਖ ਲਓ 7.5 ਦੇ ਤਾਂ ਕਿਤੇ ਆਉਂਦਾ ਹੀ ਨਹੀਂ 35 ਤਾਂ ਨਹੀਂ ਬਣਨਾ ਜੀ ਠੀਕ ਹੈ ਜੀ ਅੱਛਾ ਜੇ ਮੈਂ 60 ਦੀ ਗੱਲ ਕਰਾਂ ਬਣ ਜਾਏਗਾ ਕਿ ਨਹੀਂ 60 ਡਿਗਰੀ ਬਣ ਜਾਏਗਾ ਕਿ 60 ਡਿਗਰੀ ਦਾ ਵੇਖੋ 15 ਦੇ ਟੇਬਲ ਤੇ ਆਉਂਦਾ ਜੋ 15 ਦੇ ਟੇਬਲ ਤੇ ਆਏ ਕੋ 7.5 ਤੇ ਤਾਂ ਨਹੀਂ ਆਣਾ ਆਪਿਆ ਵੀ ਹੋਇਆ ਵੇਖੋ 8 ਦਾ ਤਾਂ ਬਣ ਜਾਏਗਾ ਜੋ 15 ਦੇ ਟੇਬਲ ਤੇ ਆਉਂਦਾ ਸਾਢੇ 7 ਤੇ ਪੱਕਾ ਆਏਗਾ 6 ਉਹ ਦੇ ਚਲੋ 90 ਦਾ ਦੋਸਤੋ ਬਣ ਜੇਗਾ ਕਿ ਨਹੀਂ 90 ਡਿਗਰੀ ਬਣ ਜੇਗਾ ਕਿ ਨਹੀਂ ਬੰਦਾ ਸਾਰਿਆਂ ਨੂੰ ਪਤਾ ਬਣ ਜੇਗਾ 15 ਦੇ ਟੇਬਲ ਤੇ ਆਉਂਦਾ 90 ਸਾਢੇ 7 ਤੇ ਤਾਂ ਹੀ ਜਾਣਾ ਠੀਕ ਹੈ ਜੀ 7.5 ਨੂੰ 12 ਨਾਲ ਗੁਣਾ ਕਰ ਲੋ ਤਾਂ 90 ਬਣ ਜਾਏਗਾ 120 ਦਾ 120 ਦਾ ਸ਼ਿਵ ਦਾ ਡਾਊਟ ਹੈ 엘িমੈਂਟਸ ਨੂੰ ਕਿੰਨੇ ਚੈਪਟਰ ਚ ਡਿਵਾਈਡ ਕੀਤਾ ਉਹ ਇੱਕ ਵਾਰ ਦੇਖਣਾ ਪੈਣਾ ਮੈਨੂੰ ਗਿਣਤੀ ਨਹੀਂ ਦੀ ਯਾਦ ਕਿੰਨੇ 120 ਦਾ 15 ਤੇ ਆਉਂਦੇ 7.5 ਤੇ ਤਾਂ ਆਏਗਾ ਹੀ ਆਏਗਾ ਸਿੰਪਲ ਜੀ ਗੱਲ ਹੈ ਕੋਈ ਡਾਊਟ ਹੈ ਤਾਂ ਪੁੱਛ ਲਓ 7.5 ਨੂੰ 16 ਨਾਲ ਗੁਣਾ ਕਰ ਲਿਆ ਜੇ ਬਣ ਜੇਗਾ ਤਾਂ ਇਹ ਜਆ ਕੁਸ਼ਣ ਛੱਡਦੇ ਤਾਂ ਨਹੀਂ ਜਿਹੜਾ 7.5 ਦੇ ਟੇਬਲ ਤੇ ਆਏਗਾ ਉਹ ਐਂਗਲ ਬਣ ਜੇਗਾ ਜਿਹੜਾ 7.5 ਦੇ ਟੇਬਲ ਤੇ ਆਏਗਾ ਉਹ ਐਂਗਲ ਬਣ ਜੇਗਾ ਕੋਈ ਵੀ ਡਾਊਟ ਪੁੱਛਦੇ ਤਾਂ ਪੁੱਛ ਲਓ ਕੋਈ ਵੀ ਪੁੱਛਣਾ ਹੈ ਪੁੱਛ ਲਓ ਚਲੋ ਹੁਣ ਆਪਾਂ ਨੂੰ ਇੱਕ ਕਲਾਸ ਹੋਰ ਚਾਹੀਦੀ ਏ ਜੇ ਇੱਕ ਕਲਾਸ ਹੋਰ ਮਿਲ ਜੇ ਅਧੇ ਘੰਟੇ ਦੀ ਯੂਕਲਿਡ ਦਾ ਥੋੜਾ ਜਿਹਾ ਕੰਮ ਰਹਿ ਗਿਆ ਉਹ ਵੀ ਨਿਬੜ ਜਾਏਗਾ ਤੇ ਕੰਸਟਰਕਸ਼ਨ ਦਾ ਵੀ ਥੋੜਾ ਜਿਹਾ ਰਹਿ ਗਿਆ ਉਹ ਵੀ ਨਿਬੜ ਜਾਏਗਾ ਬਸ ਇੱਕ ਕਲਾਸ ਅਧੇ ਘੰਟੇ ਦੀ ਹੋਰ ਲੱਗੇ ਕਿ ਯੂਕਲਿਡ ਤੇ ਕੰਸਟਰਕਸ਼ਨ ਆਪਣੇ ਦੋ ਚੈਪਟਰ ਖਤਮ ਹੋ ਜਾਣਗੇ ਦੇਖੋ ਇਹ ਸਾਰੇ ਪਾਸੇ ਐਂਡਤ ਹੁੰਦੇ ਆ ਆਪਾਂ ਸਭ ਤੋਂ ਪਹਿਲਾਂ ਕੀਤਾ ਵਾਲਾ ਦੇਖੋ ਕੰਸਟਰਕਸ਼ਨ ਮਤਲਬ ਆਪਾਂ ਕਿਸੇ ਚੀਜ਼ ਨੂੰ ਬਣਾਣਾ ਹੈ ਤੇ ਤੁਹਾਡੇ ਸਿਲੇਬਸ ਦੇ ਵਿੱਚ ਬਸ ਦੋ ਹੀ ਚੀਜ਼ਾਂ ਨੇ ਇੱਕ ਕੋਈ ਐਂਗਲ ਬਣਾਣਾ ਤੇ ਇੱਕ ਕੋਈ ਨਾ ਕੋਈ ਟ੍ਰੈਂਗਲ ਬਣਾ ਲੈ ਬਸ ਤਾਂ ਦੋ ਹੀ ਚੀਜ਼ਾਂ ਨੇ ਤੁਹਾਡੇ ਸਿਲੇਬਸ ਦੇ ਵਿੱਚ ਤੁਸੀਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਐਂਗਲ ਐਂਗਲ ਬਣਾਣਾ ਵੀ ਪ੍ਰਕਾਰ ਨਾਲ ਕਹਿਣ ਦਾ ਮਤਲਬ ਇਹ ਨਹੀਂ ਵੀ ਤਿੰਨ ਪੁਆਇੰਟਾਂ ਨੂੰ ਜੋੜ ਦਾ ਟ੍ਰੈਂਗਲ ਬਣ ਗਿਆ ਨਾ 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 ਤੁਸੀਂ ਇਹ ਸਾਰਾ ਕੰਮ ਪ੍ਰਕਾਰ ਨਾਲ ਕੀ ਕੀ ਬਣ ਸਕਦਾ ਓਏ ਬਿਲਕੁਲ ਜੀ ਬਿਲਕੁਲ ਪ੍ਰਕਾਰ ਨਾਲ ਤੁਸੀਂ ਕੀ ਕੀ ਬਣਾ ਸਕਦੇ ਜੀ ਵੰਤ ਤਾਂ ਬੜਾ ਕੁਝ ਆਉਂਦਾ ਪਰ ਤੁਹਾਡੇ ਸਿਲੇਬਸ ਦੇ ਵਿੱਚ ਐਂਗਲ ਤੇ ਟ੍ਰੈਂਗਲ ਬਾਰੇ ਨੇ ਬਸ ਦੋ ਹੀ ਨੇ ਚੀਜ਼ਾਂ ਐਂਗਲ ਬਾਰੇ ਆਪਣਾ ਕੰਮ ਹੋ ਗਿਆ ਜੀ ਬਿਲਕੁਲ ਜੀ ਐਂਗਲ ਟ੍ਰੈਂਗਲ ਵਿਦ ਕੰਪਾਸ ਬਿਲਕੁਲ ਜੀ ਐਂਗਲ ਵਾਲਾ ਕੰਮ ਹੋ ਗਿਆ ਤੁਹਾਡਾ ਐਂਗਲ ਤਾਂ ਸਿੰਪਲ ਜਿਹਾ ਜਿਹੜਾ 7.5 ਦੇ ਟੇਬਲ ਤੇ ਆਏ ਉਹ ਬਣ ਜਾਏਗਾ ਪ੍ਰਕਾਰ ਨਾਲ ਜਿਹੜਾ ਨਹੀਂ ਆਉਂਦਾ ਭੋ ਨੀ ਬੰਨਣਾ ਤੇ ਹੁਣ ਟ੍ਰੈਂਗਲ ਦੇ ਤਿੰਨ ਰੂਲ ਨੇ ਉਹ ਆਪਾਂ ਕੱਲ ਕਰਾਂਗੇ ਨਾਲ ਹੀ ਯੂਕਲਿਡ ਦਾ ਇੱਕ ਥੋੜਾ ਜਿਹਾ ਟੋਪਿਕ ਰਹਿ ਗਿਆ ਆਪਣਾ ਸਾਈਡ ਫੇਸ 3D 2D ਇਹਦੀ ਗੱਲ ਕਰਾਂਗੇ ਆਪਾਂ ਅੱਜ ਬਸ ਆਪਾਂ ਇੱਥੇ ਹੀ ਕਲਾਸ ਖਤਮ ਕਰਨੇ ਆ ਬਹੁਤ ਅੱਜ ਵਾਸਤੇ ਇਨਾ ਕੰਮ ਕੱਲ ਯੂਕਲਿਡ ਤੇ ਕੰਸਟਰਕਸ਼ਨ ਆਪਣਾ ਕੰਪਲੀਟ ਹੋ ਜਾਏਗਾ ਜੀ ਇਸ ਤੋਂ ਬਾਅਦ ਫਿਰ ਜੋ ਚੈਪਟਰ ਤੁਸੀਂ ਕੋ ਹੋ ਗਿਆ ਆਪੋ ਹੀ ਕਰ ਲਾਂਗੇ ਜੇ ਕਿਤੇ ਸਰਕਲ ਕਰ ਲੋ ਤਾਂ ਬਹੁਤ ਵਧੀਆ ਗੱਲ ਹੈ स्टार्ट ही ओके चैप्टर तो कर रहे हैं जो तुम इसी को हो सर्कल ऐसे सारे तैयार जो सर्कल करिए सर मैं सर्कल वाली ही सोच रही थी कि सर्कल स्टार्ट करें ठीक है जैसे देखो कितने भी चैप्टर की जरूरत ने पहले टाइम से आ गए ਕਿਸੇ ਵੀ ਚੈਪਟਰ ਦੀ ਜ਼ਰੂਰਤ ਨਹੀਂ ਪੈਂਦੀ ਆਪਾਂ ਕਰਾਂਗੇ ਉਸ ਤਰੀਕੇ ਨਾਲ ਕਿ ਕਿਸੇ ਵੀ ਚੈਪਟਰ ਦੇ ਪਿਛਲੇ ਦੀ ਜ਼ਰੂਰਤ ਨਾ